ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਵ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਾਣ ਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ ਜੇ ਸੰਸਾਰ ਤਾਪ ਹਰਣ ਕਰਣਾ ਮੈਂ ਸਭ ਦੁੱਖ ਹੇ ਸਰਨ ਜੋਗ ਮਾਇਆ ਕਰੋ ਸਰੀਰ ਸਵਾਸਥੀਨ ਸਮੇ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਨਹਿ ਸਮਰਥਨ ਨਹਿ ਸੇਵਕਨ ਨਹਿ ਪ੍ਰੀਤ ਪਰਮ ਗੁਰ ਗੋਤਮ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਸਤਿਗੁਰੂ ਨਿਵਾਸ ਪਤਿਤ ਪਾਵਨ ਭਗਤ ਬਖਸ਼ਲ ਕਿਰਪਾ ਨਿਧਾਨ ਲਹਿਰ ਜ਼ਰੂਰ ਹਾਜ਼ਰ ਹਜ਼ੂਰ ਸਰਬ ਕਲਾ ਕਰੋ ਦਸਾਂ ਪਾਤਸ਼ਾਹਾਂ ਦੀ ਕਾਮਨ ਜੋਤ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਸਰੂਪ ਜੁਗੂ ਮੁਕਤਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਨਾਮ ਹੋ ਕੇ ਹਫ਼ਤਾਵਾਰੀ ਦੀਵਾਨਾਂ ਦਾ ਆਨੰਦ ਮਾਣ ਰਹੀ ਗੁਰੂ ਜੀ ਸਾਜੇ ਨਿਵਾਜੇ ਪਰਮ ਸਤਿਕਾਰ ਯੋਗ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਪ੍ਰੇਮ ਸਾਹਿਬ ਗੁਲਾਮ ਜੀ ਵਾਹਿਗੁਰੂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਪਰਮ ਪਵਿੱਤਰ ਅਸਥਾਨ 'ਤੇ ਜੋ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਸੀ ਮੁੱਖ ਬਾਤ ਹੈ ਵਿਤਨਾਮਾ ਹੈ ਸੰਗਤਾਂ ਸਾਹਮਣੇ ਪੜ੍ਹ ਰਹੀਆਂ ਨੇ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਉਂਦਾ ਹੈ ਰਾਮ
ਸਿਮਰ ਸਿਮਰ ਸੁਆਮੀ ਤਬ ਆਪਣਾ ਸਗਲੇ ਪਾਪ ਤਜਾਵੇ ਨਾਮ। ਸੋਹੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਰ ਉਪਕਾਰੀ ਬਾਣੀ ਕੇ ਗੋਹਿਤ ਧੰਨ ਸਤਿਗੁਰੂ ਅਰਜਨ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹ ਪਾਵਨ ਵਚਨ ਨੇ। ਹਰ ਜਪੇ ਹਰ ਮੰਦਰ ਸਾਜਿਆ, ਹਰੇ ਪਰਮਾਤਮਾ ਦਾ ਜਾਪ ਕਰਨ ਦੇ ਵਾਸਤੇ ਹਰੇ ਮੰਦਰ ਨੂੰ ਸਾਜਿਆ ਹੈ, ਸਿਰਜਿਆ ਹੈ। ਜਿਸ ਹਰੇ ਮੰਦਰ ਦੇ ਵਿੱਚ ਸੰਤ ਭਗਤ ਗੁਣ ਗਾਵੇ ਰਾਮ, ਸ਼ਾਂਤ ਚਿੱਤ ਆਤਮਾ ਵਾਲੇ ਜੋ ਸੰਤ ਗੁਰਸਿੱਖ ਪਿਆਰੇ ਪ੍ਰਭੂ ਦੇ ਭਗਤ ਨੇ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਹਰ ਮੰਦਰ ਕੀ ਹੈ, ਥੋੜ੍ਹੀ ਜਿਹੀ ਇਸ ਗੱਲ ਦੀ ਵਿਚਾਰ ਕਰਕੇ ਆਪਾਂ ਸ਼ਬਦ ਦੀਆਂ ਇਹਨਾਂ ਪੰਕਤੀਆਂ ਦਾ ਭਾਵ ਅਰਥ ਸਮਝਣ ਦਾ ਯਤਨ ਕਰਨਾ ਹੈ। ਇੱਕ ਓਅੰਕਾਰ ਤੋਂ 18-10-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਹੈ, ਇਸ ਬਾਣੀ ਦੀ ਵਿਆਖਿਆ ਰੂਪ ਜੋ ਭਾਈ ਗੁਰਦਾਸ ਜੀ ਦੀ ਬਾਣੀ ਹੈ, ਦਸਮ ਪਾਤਸ਼ਾਹ ਜੀ ਦੀ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਰਚਨਾਵ ਦੀ ਹੈ, ਸਾਰੇ ਹੀ ਉਪਦੇਸ਼ ਦੇ ਵਿੱਚੋਂ ਸਾਨੂੰ ਇਹ ਇੱਕ ਸਿਧਾਂਤ ਮਿਲਦਾ ਹੈ ਕਿ ਸਮੁੱਚੇ ਤੌਰ 'ਤੇ ਇਹ ਜਿਹੜਾ ਜਗਤ ਹੈ, ਇਹ ਸੰਸਾਰ ਹੈ, ਇਹ ਉਸ ਹਰੀ ਪਰਮਾਤਮਾ ਦਾ ਮੰਦਰ ਹੈ। ਹਰੀ ਜਾਂ ਹਰ ਇਹ ਗੁਰਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਹੀ ਲਫ਼ਜ਼ ਆਇਆ। ਵੈਸੇ ਹਰ ਲਫ਼ਜ਼ ਦੇ 52 ਦੇ ਕਰੀਬ ਵਿਦਵਾਨਾਂ ਨੇ ਅਰਥ ਕੀਤੇ ਨੇ। ਹਰ ਦਾ ਅਰਥ ਧਰਤੀ ਵੀ ਹੈ, ਹਰ ਦਾ ਅਰਥ ਆਕਾਸ਼ ਵੀ ਹੈ, ਹਰ ਦਾ ਅਰਥ ਪਾਣੀ ਵੀ ਹੈ, ਹਰ ਦਾ ਅਰਥ ਹਵਾ ਵੀ ਹੈ, ਹਰ ਦਾ ਅਰਥ ਸੱਪ ਵੀ ਹੈ, ਹਰ ਦਾ ਅਰਥ ਡੱਡੂ ਵੀ ਹੈ, ਹਰ ਦਾ ਅਰਥ ਅਗਨੀ ਵੀ ਹੈ। ਅਤੇ ਇਸੇ ਤਰ੍ਹਾਂ ਸਨਾਤਨ ਮਤ ਅੰਦਰ ਹਰ ਬ੍ਰਹਮਾ ਨੂੰ ਵੀ ਕਿਹਾ ਜਾਂਦਾ ਹੈ, ਹਰ ਸ਼ਿਵ ਜੀ ਨੂੰ ਵੀ ਕਿਹਾ ਜਾਂਦਾ ਹੈ, ਹਰ ਵਿਸ਼ਨੂੰ ਜੀ ਨੂੰ ਵੀ ਕਿਹਾ ਜਾਂਦਾ ਹੈ। ਇਉਂ ਅਨੇਕਾਂ ਅਰਥ ਹਨ, ਪਰ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਜੋ ਹਰ ਅੱਖਰ ਹੈ, ਇਸ ਦਾ ਭਾਵ ਅਰਥ ਹੈ ਉਹ ਪਰਮ ਪਿਤਾ ਪਰਮਾਤਮਾ, ਜੋ ਜੀਵਨ ਦੇ ਦੁੱਖਾਂ ਨੂੰ ਹਰਨ ਵਾਲਾ ਭਾਵ ਨਾਸ਼ ਕਰਨ ਵਾਲਾ ਹੈ, ਅਤੇ ਜੋ ਸੁਖਾਂ ਦੀ ਅਤੇ ਆਤਮਿਕ ਆਨੰਦ ਦੀ ਦਾਤ ਬਖਸ਼ਿਸ਼ ਕਰਕੇ ਹਿਰਦਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜੋ ਹਰ ਜਗ੍ਹਾ 'ਤੇ ਮੌਜੂਦ ਹੈ, ਜੋ ਹਰ ਵਕਤ ਹੈ, ਉਹ ਸਰਬਕਾਲੀਨ ਸਭ ਥਾਂ 'ਤੇ ਰਵਿਆ ਜੋ ਪਰਮਾਤਮਾ ਹੈ, ਉਸ ਦਾ ਨਾਮ ਹਰ, ਇਹ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਫੁਰਮਾਨ ਕੀਤਾ ਹੈ। ਅਤੇ ਉਹ ਹਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਸਮੁੱਚੇ ਤੌਰ 'ਤੇ ਇਹ ਸੰਸਾਰ ਉਸ ਪਰਮਾਤਮਾ ਦੇ ਵਸਣ ਵਾਲਾ ਮੰਦਰ ਹੈ, ਉਸਦਾ ਮਹਿਲ ਹੈ, ਉਸਦਾ ਮਕਾਨ ਹੈ। ਕਿਉਂਕਿ ਜਿੱਥੋਂ ਉਹ ਮੰਨਿਆ ਜਾਏ ਪਿਥਾਰੂ ਮੌਜੂਦ ਸੋਏ, ਜਿੱਥੇ ਵੀ ਆਪਾਂ ਚਲੇ ਜਾਈਏ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਮੌਜੂਦ ਹੈ।
ਜਾਨ ਥਲ ਮਹੀਅਲ ਪੂਰਿਆ ਸੁਆਮੀ ਸਿਰਜਨ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਜਲ ਉਹ ਪਾਣੀਆਂ ਵਿੱਚ ਸਮੁੰਦਰਾਂ ਵਿੱਚ ਵੀ ਹੈ, ਥਲ ਖੁਸ਼ਕੀਆਂ ਦੇ ਵਿੱਚ ਵੀ ਹੈ, ਮਹੀ ਤੋਂ ਭਾਵ ਹੈ ਧਰਤੀ ਉਹ ਸਾਰੀ ਧਰਤੀ ਤੇ ਵੀ ਹੈ। ਅਲ ਦਾ ਅਰਥ ਹੈ ਆਕਾਸ਼, ਉਹ ਪਰਮਾਤਮਾ ਆਕਾਸ਼ ਵਿੱਚ ਵੀ ਹੈ, ਜਲ ਥਲ ਮਹੀ ਅਲ ਰਬ ਰਹਿਆ। ਸਭ ਇਉਂ ਪਾਣੀਆਂ ਖੁਸ਼ਕੀਆਂ ਧਰਤੀ ਆਕਾਸ਼ ਸਾਰੀਆਂ ਥਾਵਾਂ ਤੇ ਰਗਿਆ ਹੋਇਆ ਹੈ ਸੁਆਮੀ ਸਿਰਜਣ ਹਾਰ, ਜੋ ਸੁਆਮੀ ਮਾਲਕ ਸਰਬੱਤ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਇੱਕ ਓਅੰਕਾਰ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੋ ਇੱਕ ਅਦਵੈਤ ਸਰੂਪ ਹੈ, ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਉਹ ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਰੂਪ ਹੋ ਕੇ ਆਪ ਹੀ ਫੈਲਿਆ ਹੋਇਆ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਇਉਂ ਉਹ ਇੱਕ ਵਾਹਿਗੁਰੂ ਸਾਰੀਆਂ ਥਾਵਾਂ ਤੇ ਰਵਿਆ ਤੇ ਅਨੇਕਾਂ ਰੂਪ ਉਸੇ ਨੇ ਧਾਰਨ ਕੀਤੇ ਨੇ। ਅਲਕ ਰੂਪ ਖਿਨ ਮਾਹਿ ਕੁਦਰਤ ਧਾਰਨਾ, ਆਪਣੀ ਕੁਦਰਤ, ਆਪਣੀ ਮਾਇਆ, ਆਪਣੀ ਸ਼ਕਤੀ, ਆਪਣੀ ਸਮਰੱਥਾ ਦੇ ਨਾਲ ਇੱਕ ਖਿਨ ਮਾਤਰ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਰੂਪਾਂ ਨੂੰ ਧਾਰਨ ਕਰਦਾ ਹੈ। ਇਉਂ ਸਰਵ ਵਿਆਪਕ ਹੈ ਅਤੇ ਉਸਦੇ ਸਰਵ ਵਿਆਪਕ ਹੁੰਦਿਆਂ ਹੋਇਆਂ ਇਹ ਸਮੁੱਚਾ ਜਗਤ, ਇਹ ਬ੍ਰਹਿਮੰਡ ਮੰਨੋ ਕਿ ਉਸ ਦੇ ਵਸਣ ਵਾਲਾ ਘਰ ਹੈ। ਇਹ ਆਤਮਿਕ ਰੂਪ ਵਿੱਚ ਹਰ ਮੰਦਰ ਹੈ, ਵਿਰਾਟ ਰੂਪ ਵਿੱਚ, ਸਮੁੱਚੇ ਰੂਪ ਵਿੱਚ। ਦੂਸਰਾ ਗੁਰਬਾਣੀ ਅੰਦਰ ਇਹ ਵੀ ਬਚਨ ਆਉਂਦਾ ਹੈ, ਹਰ ਮੰਦਰ ਇਹੋ ਸਰੀਰ ਹੈ। ਜੋ ਸਾਡਾ ਸਰੀਰ ਹੈ, ਮਨੁੱਖੀ ਸਰੀਰ, ਇਹ ਵੀ ਉਸ ਹਰੀ ਦੇ ਵਸਣ ਵਾਲਾ ਮੰਦਰ ਹੈ। ਘੱਟ ਘੱਟ ਮੈਂ ਹਰ ਜੋ ਬਸੈ ਸੰਤਨ ਕਹੇ ਉਹ ਪੁਕਾਰ, ਜੋ ਸੰਤ ਭਗਤ ਨੇ ਉਹ ਪੁਕਾਰ ਪੁਕਾਰ ਕੇ ਇਹ ਗੱਲ ਦੱਸਦੇ ਨੇ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸਭ ਹਿਰਦਿਆਂ ਵਿੱਚ ਵਸਦੇ ਨੇ। ਕੋਈ ਸਰੀਰ ਐਸਾ ਨਹੀਂ, ਕੋਈ ਹਿਰਦਾ ਐਸਾ ਨਹੀਂ ਜਿੱਥੇ ਉਸ ਪਰਮਾਤਮਾ ਦੀ ਹੋਂਦ ਮੌਜੂਦ ਨਾ ਹੋਵੇ, ਬਲਕਿ ਉਸ ਪਰਮਾਤਮਾ ਦੀ ਅੰਸ਼ ਆਤਮਾ ਹੁੰਦਿਆਂ ਹੋਇਆਂ ਹੀ ਇਹ ਸਰੀਰ ਜਿਉਂਦਾ ਜਾਗਦਾ ਹੈ, ਹਰਕਤ ਵਿੱਚ ਹੈ। ਉਸ ਪਰਮਾਤਮਾ ਦੀ ਚੇਤਨ ਸੱਤਾ ਇਸ ਸਰੀਰ ਵਿੱਚ ਹੈ, ਤਾਂ ਹੀ ਇਹ ਜ਼ਿੰਦਗੀ ਜੀਉ ਰਿਹਾ। ਬਚਨ ਨੇ ਗੁਰਬਾਣੀ ਦੇ, ਜਬ ਆਪਣੀ ਜੋਤ ਖਿੰਚ ਹੈ ਤੂੰ ਸੁਆਮੀ, ਤਦ ਕੋਈ ਕਰਹੋ ਦਿਖਾ ਸਕੇ ਆਉਂਦਾ। ਇਸ ਸਰੀਰ ਵਿੱਚ ਪਰਮਾਤਮਾ ਦੀ ਜੋਤ ਹੈ, ਤਾਂ ਹੀ ਇਹ ਸਰੀਰ ਹਰਕਤ ਵਿੱਚ ਹੈ। ਪੈਰ ਤੁਰਦੇ ਨੇ, ਹੱਥ ਕੰਮ ਕਾਜ ਕਰਦੇ ਨੇ, ਸਾਰੇ ਅੰਗ ਹਿਰੜੇ ਡੁੱਲਦੇ ਨੇ, ਆਪੋ ਆਪਣੀ ਹਰਕਤ ਕਰਦੇ ਨੇ, ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਜੀਭਾਂ ਬੋਲਦੀ ਹੈ। ਪਰ ਜਦੋਂ ਇਹ ਮਾਲਕ ਅਕਾਲ ਪੁਰਖ ਵਾਹਿਗੁਰੂ ਤੂੰ ਇਸ ਸਰੀਰ ਵਿੱਚੋਂ ਆਪਣੀ ਜੋਤ ਨੂੰ ਖਿੱਚ ਲਵੇਂ, ਤਦੋਂ ਕੋਈ ਵਖਿਆਨ ਕਰਕੇ ਜਾਂ ਕਿਸੇ ਦਿਸ਼ਾ ਵਾਲੇ ਪਾਸੇ ਜਾ ਕੇ ਕੋਈ ਦਿਖਾਵੇ ਤਾਂ ਉਹੀ ਅੱਖਾਂ, ਉਹੀ ਨੱਕ, ਉਹੀ ਕੰਨ, ਉਹੀ ਰਸਨਾ, ਉਹੀ ਹੱਥ, ਉਹੀ ਪੈਰ, ਕਿਸੇ ਵਿੱਚ ਵੀ ਹਰਕਤ ਨਹੀਂ।
ਇਸੇ ਵਿੱਚ ਵੀ ਆਪਣਾ ਕਾਰਜ ਕਰ ਸਕਣ ਦੀ ਸਮਰੱਥਾ ਨਹੀਂ, ਕਿਉਂਕਿ ਸਰੀਰ ਵਿੱਚ ਉਹ ਵਾਹਿਗੁਰੂ ਦੀ ਜੋਤ ਨਾ ਰਹੀ। ਇਉਂ ਜੋਤ ਰੂਪ ਹੋ ਕੇ ਸਾਰੇ ਸਰੀਰਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵੱਸ ਰਿਹਾ ਹੈ ਅਤੇ ਇਸ ਪ੍ਰਕਾਰ ਇਹ ਜਿਹੜਾ ਸਰੀਰ ਹੈ ਇਹ ਵੀ ਉਸ ਵਾਹਿਗੁਰੂ ਦੇ ਵੱਸਣ ਵਾਲਾ ਮੰਦਰ ਹੈ। ਇਸ ਨੂੰ ਵੀ ਸਤਿਗੁਰੂ ਜੀ ਹਰ ਮੰਦਰ ਕਹਿੰਦੇ ਨੇ, ਦੂਰ ਨਹੀਂ ਹੈ ਸਾਰੀਆਂ ਥਾਵਾਂ 'ਤੇ। ਪਰ ਮਹਾਰਾਜ ਕਹਿੰਦੇ ਨੇ ਕਿ ਉਹ ਤਾਂ ਐਸਾ ਹੈ ਕਿ ਨਾ ਕਿਹਾ ਜਾ ਸਕਦਾ ਦੂਰ ਅਤੇ ਨਾ ਕਿਹਾ ਸਕਦਾ ਨੇੜੇ। ਬੇਸ਼ੱਕ ਇਹ ਦਰਸਾਉਣ ਲਈ ਕਿ ਉਹ ਹਾਜ਼ਰ ਨਾਜ਼ਰ ਹੈ, ਭਗਤ ਰਸਨਾ ਰਾਹੀਂ ਗੁਰਬਾਣੀ ਵਿੱਚ ਐਸੇ ਵੀ ਬਚਨ ਆਉਂਦੇ ਨੇ, ਕਹਿ ਰਵਿਦਾਸ ਹਾਥ ਪੈ ਮੇਰਾ ਸਹਿਜੇ ਹੋਈ ਸੋ ਹੋਈ। ਗੁਰਬਾਣੀ ਦੇ ਇਹ ਵੀ ਬਚਨ ਨੇ, ਦੂਰ ਨਾਹੀਂ ਮੇਰੋ ਪ੍ਰਭ ਪਿਆਰਾ। ਅਤੇ ਨਾਲ ਇਹ ਵੀ ਸਤਿਗੁਰਾਂ ਨੇ ਸਮਝਾਇਆ ਹੈ ਕਿ ਜਦੋਂ ਉਹਨੂੰ ਦੂਰ ਨਾ ਜਾਣਦਿਆਂ ਹੋਇਆ ਨੇੜੇ ਜਾਣਦਿਆਂ ਜਾਵੇ ਅਤੇ ਆਪਣੇ ਆਪ ਨੂੰ ਉਸਦੀ ਹਾਜ਼ਰੀ ਵਿੱਚ ਸਮਝਿਆ ਜਾਵੇ, ਸਿਮਰਨ ਕੀਤਾ ਜਾਵੇ, ਬੰਦਗੀ ਕੀਤੀ ਜਾਵੇ, ਅਤੇ ਫਿਰ ਤਾਂ ਉਹ ਅਵਸਥਾ ਹੈ ਕਿ ਮੇਰਾ ਨਾ ਹੀ ਦੂਰ, ਨਾ ਉਹ ਦੂਰ ਅਤੇ ਨਾ ਉਹ ਨੇੜੇ। ਕਿਉਂਕਿ ਦੂਰ ਅਤੇ ਨੇੜੇ ਉਸ ਚੀਜ਼ ਨੂੰ ਕਿਹਾ ਜਾ ਸਕਦਾ ਜਿਸ ਦੀ ਹੋਂਦ ਆਪਣੇ ਨਾਲੋਂ ਵੱਖਰੀ ਹੋਵੇ। ਇੱਕ ਮਨੁੱਖ ਹੈ, ਦੂਸਰਾ ਮਨੁੱਖ ਉਹਦੇ ਤੋਂ ਕੁਝ ਦੂਰੀ 'ਤੇ ਬੈਠਾ ਹੈ। ਕਿਉਂ? ਕਿਉਂਕਿ ਦੋਵਾਂ ਦੀ ਹੋਂਦ ਵੱਖੋ ਵੱਖਰੀ ਹੈ। ਜੇ ਕੋਲ ਆ ਕੇ ਬੈਠ ਗਏ ਤਾਂ ਨੇੜੇ ਕਿਹਾ ਜਾਵੇਗਾ, ਹੋਂਦ ਵੱਖਰੀ ਹੋਣ ਕਰਕੇ ਨੇੜੇ ਹੈ ਅਤੇ ਦੂਰ ਹੈ। ਪਰ ਉਹ ਪਰਮਾਤਮਾ ਤਾਂ ਅੰਤਰਿਆਤਮੇ ਪਰਿਪੂਰਨ ਹੋ ਰਿਹਾ ਹੈ, ਹੋਂਦ ਹਸਤੀ ਤਾਂ ਹੈ ਹੀ ਉਸ ਵਾਹਿਗੁਰੂ ਦੀ ਹੈ, ਜੀਵ ਦੀ ਤਾਂ ਹਸਤੀ ਹੀ ਕੁਝ ਨਹੀਂ। ਇਸ ਲਈ ਉਹਨੂੰ ਦੂਰ ਜਾਂ ਨੇੜੇ ਨਹੀਂ ਕਿਹਾ ਜਾ ਸਕਦਾ, ਉਹ ਤਾਂ ਹਿਰਦੇ ਅੰਦਰ ਪਰਿਪੂਰਨ ਹੈ, ਵਸਿਆ ਹੋਇਆ ਹੈ। ਇਉਂ ਇਹ ਸਰੀਰ ਵੀ ਉਸ ਪਰਮਾਤਮਾ ਦੇ ਵਸਣ ਵਾਲਾ ਹਰ ਮੰਦਰ ਹੈ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਸਨਾ ਰਾਹੀਂ ਸਾਨੂੰ ਇਹ ਪਾਵਨ ਬਚਨ ਸਮਝਾਉਂਦੇ ਨੇ, ਬੇਦ ਕਤੇਬ ਇਫਤਾ ਭਾਈ ਦਿਲ ਕਾ ਫਿਕਰ ਨਾ ਜਾਏ, ਤੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਰੇ। ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਲੱਭਣ ਦਾ ਯਤਨ ਕਰ। ਗੁਰੂ ਕਾ ਪਾਵਨ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਪਹੁਪ ਮੱਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਹੀ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੁਦ ਹੋ ਭਾਗੀ। ਕਈ ਨਾਸਤਿਕ, ਕਈ ਉਲਟ ਮੱਤ ਵਾਲੇ, ਕੋਈ ਖੋਟੀ ਬੁੱਧ ਵਾਲੇ ਇਹ ਗੱਲ ਕਹਿ ਦਿੰਦੇ ਨੇ ਨਾ ਕਿ ਉਸੇ ਚੀਜ਼ ਦੀ ਹੋਂਦ ਨੂੰ ਮੰਨਿਆ ਜਾ ਸਕਦਾ ਜਿਹੜੀ ਦਿਸਦੀ ਹੋਵੇ, ਜੋ ਨਜ਼ਰ ਨਹੀਂ ਆਉਂਦੀ, ਕਿਤੇ ਦਿਖਾਈ ਨਹੀਂ ਕਿਸੇ ਨੂੰ ਦਿੰਦੀ, ਉਸ ਦੀ ਹੋਂਦ ਕਿਵੇਂ ਮੰਨੀ ਜਾਵੇ, ਇਹ ਨਾਸਤਿਕ ਲੋਕ ਕਹਿੰਦੇ ਨੇ। ਪਰ ਸਾਧ ਸੰਗਤ ਜੀ, ਆਪਾਂ ਸਭ ਭਲੀ ਭਾਂਤ ਇਹ ਜਾਣਦੇ ਹਾਂ ਕਿ ਸੰਸਾਰ 'ਤੇ ਕਈ ਵਸਤੂਆਂ ਐਸੀਆਂ ਨੇ ਜਿਨ੍ਹਾਂ ਦੀ ਹੋਂਦ ਤਾਂ ਹੈ ਪਰ ਉਹ ਪ੍ਰਤੱਖ ਨਜ਼ਰੀ ਨਹੀਂ ਆਉਂਦੀਆਂ। ਹਵਾ ਹੈ ਪਰ ਅਸੀਂ ਇਸ ਦੀ ਕੋਈ ਸ਼ਕਲ, ਕੋਈ ਸੂਰਤ ਦੱਸ ਸਕਦੇ ਹਾਂ ਕਿ ਕੈਸੀ ਹੈ? ਕੋਈ ਸ਼ਕਲ ਨਹੀਂ, ਕੋਈ ਸੂਰਤ ਨਹੀਂ, ਕੋਈ ਆਕਾਰ ਨਹੀਂ, ਕੋਈ ਸਰੂਪ ਨਹੀਂ। ਮੌਜੂਦ ਹੈ, ਦਿਖਾਈ ਨਹੀਂ ਦਿੰਦੀ, ਅਨੁਭਵ ਕਰਦੇ ਹਾਂ, ਮਹਿਸੂਸ ਕਰਦੇ ਹਾਂ। ਹਵਾ ਤੋਂ ਬਗੈਰ ਤਾਂ ਜ਼ਿੰਦਗੀ ਹੀ ਨਹੀਂ।
ਤੇ ਹੁਣ ਜੇ ਕਹੀਏ ਕਿ ਕੇਵਲ ਨਜ਼ਰ ਆਉਣ ਵਾਲੀ ਚੀਜ਼ ਹੀ ਹੋਂਦ ਵਾਲੀ ਹੈ, ਜੋ ਨਜ਼ਰ ਨਹੀਂ ਆਉਂਦੀ ਉਹਦੀ ਹੋਂਦ ਹੀ ਕੋਈ ਨਹੀਂ, ਤਾਂ ਇਹ ਗੱਲ ਗਲਤ ਹੋਵੇਗੀ। ਕਿਉਂਕਿ ਹਵਾ ਦੀ ਹੋਂਦ ਹੈ ਪਰ ਹਵਾ ਨਜ਼ਰ ਨਹੀਂ ਆਉਂਦੀ। ਸਾਡੇ ਸਰੀਰ ਨੂੰ ਦੁੱਖ ਸੁੱਖ ਇਤਿਹਾਸਕ ਲੱਗਦੇ ਨੇ। ਸਰੀਰ ਦੇ ਕਿਸੇ ਅੰਗ ਨੂੰ ਸੱਟ ਲੱਗੀ, ਉੱਥੇ ਦਰਦ ਹੋਈ, ਪੀੜ ਹੋਈ। ਹੁਣ ਕੋਈ ਦੱਸ ਸਕਦਾ ਕਿ ਉਸ ਦਰਦ ਦਾ, ਉਸ ਪੀੜ ਦਾ ਸਰੂਪ ਕਿਹੋ ਜਿਹਾ, ਉਹਦਾ ਆਕਾਰ ਕੈਸਾ, ਉਹਦੀ ਸ਼ਕਲ ਕੈਸੀ, ਉਹਦੀ ਸੂਰਤ ਕੈਸੀ? ਮਹਿਸੂਸ ਕਰਦਾ ਹੈ ਮਨੁੱਖ, ਪਰ ਉਹ ਨਜ਼ਰ ਨਹੀਂ ਆਉਂਦੀ, ਦਿਖਾਈ ਨਹੀਂ ਦਿੰਦੀ, ਹੈ ਜ਼ਰੂਰ। ਇਸੇ ਤਰ੍ਹਾਂ ਅਣੂ ਪ੍ਰਮਾਣੂ ਬੜੇ ਸੂਖਮ ਤੋਂ ਸੂਖਮ ਨੇ, ਮੌਜੂਦ ਨੇ ਪਰ ਨਜ਼ਰ ਨਹੀਂ ਆਉਂਦੇ। ਹਾਂ, ਐਸੀਆਂ ਖੁਰਦਬੀਨਾਂ ਜਿਹੜੀਆਂ ਵਿਗਿਆਨੀਆਂ ਨੇ ਬਣਾਈਆਂ, ਜੋ ਸੂਖਮ ਤੋਂ ਸੂਖਮ ਅਣੂ ਕਣਾਂ ਨੂੰ ਵੀ ਵੇਖ ਲੈਂਦੀਆਂ ਨੇ ਔਰ ਦਿਖਾ ਦਿੰਦੀਆਂ ਨੇ, ਉਹਨਾਂ ਦੀ ਮਦਦ ਨਾਲ ਅਣੂਆਂ ਨੂੰ ਜਾਂ ਪ੍ਰਮਾਣੂਆਂ ਨੂੰ ਵੇਖਿਆ ਜਾ ਸਕਦਾ ਹੈ, ਪਰ ਆਮ ਤਾਂ ਉਹ ਨਜ਼ਰ ਨਹੀਂ ਨਾ ਆਉਂਦੇ। ਇਸੇ ਤਰ੍ਹਾਂ ਕਈ ਜ਼ਰਮਜ਼ ਐਸੇ ਨੇ, ਕਈ ਕਿਰਨ ਐਸੇ ਨੇ, ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆਂ ਸਾਡੇ ਸਰੀਰ ਦੇ ਅੰਗਾਂ ਨਾਲ, ਸਾਡੇ ਹੱਥਾਂ ਦੇ ਨਾਲ, ਸਾਡੇ ਆਲੇ ਦੁਆਲੇ ਦੀਆਂ ਆਮ ਵਰਤੋਂ ਦੀਆਂ ਵਸਤੂਆਂ ਦੇ ਨਾਲ ਮੌਜੂਦ ਹੁੰਦੇ ਨੇ, ਚੁੰਬੜੇ ਹੁੰਦੇ ਨੇ, ਪਰ ਸਾਨੂੰ ਨਜ਼ਰ ਨਹੀਂ ਆਉਂਦੇ, ਦਿਖਾਈ ਨਹੀਂ ਦਿੰਦੇ। ਸੂਖਮ ਟੈਲੀਸਕੋਪ ਨਾਲ ਦੇਖਿਆ ਜਾਵੇ ਫਿਰ ਭਾਵੇਂ ਕੋਈ ਮਾੜੇ ਮੋਟੇ ਦਿਸ ਪੈਣ ਨੇ ਤਾਂ ਨਜ਼ਰ ਨਹੀਂ ਆਉਂਦੇ, ਦਿਸਦੇ ਨਹੀਂ। ਇੱਕ ਥੋੜ੍ਹੀ ਜਿਹੀ ਥਾਂ ਦੇ ਵਿੱਚ ਹੀ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਉਹ ਕਿਰਨ ਮੌਜੂਦ ਹੁੰਦੇ ਨੇ, ਦਿਸਦੇ ਨਹੀਂ ਪਰ ਹੋਂਦ ਜ਼ਰੂਰ ਹੈ। ਤੇ ਐਸੇ ਅਣ ਦਿਸਦੇ ਸੰਸਾਰ ਨੂੰ ਪੈਦਾ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਬਾਰੇ ਗੁਰਬਾਣੀ ਪ੍ਰਮਾਣ ਕਰਦੀ ਹੈ ਆਪ ਹੈ ਸੂਖਮ ਆਪ ਹੈ ਅਸਫੁੱਲਾ, ਸਫੂਲ ਰੂਪ ਵੀ ਆਪ ਹੈ ਨਜ਼ਰ ਆਉਣ ਵਾਲਾ ਵੀ ਤੇ ਸੂਖਮ ਰੂਪ ਵੀ ਆਪ ਹੈ, ਉਸ ਸੂਖਮ ਤੋਂ ਸੂਖਮ ਨੂੰ ਇਉਂ ਭਲਾ ਸਧਾਰਨ ਤਰੀਕੇ ਨਾਲ ਕਿਵੇਂ ਦੇਖਿਆ ਜਾ ਸਕੇ? ਉਸ ਨੂੰ ਦੇਖਣ ਦੇ ਵਾਸਤੇ ਆਤਮਿਕ ਅਵਸਥਾ ਰੂਪੀ, ਆਤਮਿਕ ਗਿਆਨ ਰੂਪੀ ਅੱਖਾਂ ਚਾਹੀਦੀਆਂ, ਫਿਰ ਕੱਟਿਆ ਜਾ ਸਕਦਾ ਹੈ, ਵਸਦਾ ਹੈ ਹਿਰਦੇ ਵਿੱਚ। ਤੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਉਹ ਮਗ ਜੋ ਵਾਸ ਵਸਤ ਹੈ, ਫੁੱਲਾਂ ਦੇ ਵਿੱਚ ਜਿਵੇਂ ਸੁਗੰਧੀ ਵਸਦੀ ਹੈ, ਹਰ ਫੁੱਲ ਦੀ ਆਪੋ ਆਪਣੀ ਸੁਗੰਧੀ ਵੱਖੋ ਵੱਖਰੀ ਤਰ੍ਹਾਂ ਦੀ ਹੈ, ਪਰ ਸੁਗੰਧੀ ਦਾ ਵੀ ਕੋਈ ਆਕਾਰ ਤਾਂ ਨਹੀਂ, ਕੋਈ ਸ਼ਕਲ ਤਾਂ ਨਹੀਂ, ਕੋਈ ਸੂਰਤ ਤਾਂ ਨਹੀਂ। ਫੁੱਲ ਦੇ ਕੋਲ ਜਾ ਕੇ ਆਪਾਂ ਸੁਗੰਧੀ ਨੂੰ ਮਹਿਸੂਸ ਕਰਦੇ ਹਾਂ, ਸੁੰਘਦੇ ਹਾਂ, ਅਨੁਭਵ ਕਰਦੇ ਹਾਂ, ਪਰ ਉਹ ਨਜ਼ਰ ਤਾਂ ਨਹੀਂ ਆਉਂਦੀ, ਦਿਖਾਈ ਨਹੀਂ ਦਿੰਦੀ, ਇਉਂ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਵਸਦੀ ਆ। ਦੂਸਰਾ ਵਚਨ ਸਤਿਗੁਰੂ ਜੀ ਕਰਦੇ ਨੇ ਮੁਕਰ ਮਾਹੇ ਜੈਸੇ ਸ਼ਾਹੀ, ਮੁਕਰ ਕਹਿੰਦੇ ਨੇ ਦਰਪਣ ਨੂੰ, ਮੂੰਹ ਵੇਖਣ ਵਾਲੇ ਸ਼ੀਸ਼ੇ ਨੂੰ, ਮਿਰਦਰ ਨੂੰ। ਜਿਵੇਂ ਇਸ ਸ਼ੀਸ਼ੇ ਦੇ ਵਿੱਚ ਹਰ ਇੱਕ ਦਾ ਪਰਛਾਵਾਂ ਵਸਦਾ ਹੈ, ਹਰ ਇੱਕ ਦੀ ਤਸਵੀਰ ਵਸਦੀ ਹੈ, ਪਰ ਨਜ਼ਰ ਆਉਂਦੀ ਹੈ ਤੇ ਉਹਦੇ ਸਾਹਮਣੇ ਹੋ ਕੇ ਤੱਕੀਏ ਤਾਂ ਐਵੇਂ ਨਹੀਂ। ਜਿਵੇਂ ਸਾਰੇ ਫੁੱਲਾਂ ਵਿੱਚ ਸੁਗੰਧੀ ਵਸ ਰਹੀ ਹੈ, ਜਿਵੇਂ ਸ਼ੀਸ਼ੇ ਵਿੱਚ ਹਰ ਇੱਕ ਦੀ ਛਾਂ ਵਸਦੀ ਹੈ, ਤੈਸੇ ਹੀ ਹਰ ਵਸੈ ਨਿਰੰਤਰ। ਇਸੇ ਤਰ੍ਹਾਂ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਨਿਰਅੰਤਰ ਬਿਨਾਂ ਫਰਕ ਤੋਂ ਇੱਕ ਰਸ ਲਗਾਤਾਰ ਹਿਰਦੇ ਵਿੱਚ ਵਸਦਾ ਹੈ। ਸਰੀਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਤੇ ਸਤਿਗੁਰੂ ਫਰਮਾਉਂਦੇ ਨੇ ਘੱਟ ਹੀ ਖੁੱਜ ਉਹ ਭਾਈ ਹੈ। ਭਾਈ ਪ੍ਰੇਮੀ ਜਦੋਂ ਗੁਰੂ ਸ਼ਬਦ ਦੇ ਆਸਰੇ ਹੋ ਕੇ ਆਪਣੀ ਅੰਤਰਮੁਖੀ ਬਿਰਤੀ ਨੂੰ ਧਾਰਨ ਕਰਦਿਆਂ ਹੋਇਆਂ
ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚੋਂ ਹਿਰਦੇ ਵਿੱਚੋਂ ਲੱਭਣਾ ਕਰੋ। ਜਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ, ਨਾਮ ਦਾ ਜਾਪ ਹੋਵੇ ਤੇ ਜਾਪ ਵਿੱਚ ਸੁਰਤ ਇੱਥੋਂ ਤੱਕ ਚਲ ਜਾਵੇ ਤੇ ਜਾਪ ਸਿਮਰਨ ਦਾ ਰੂਪ ਹੋ ਜਾਵੇ, ਤਾਂ ਫਿਰ ਗੁਰੂ ਦੀ ਕਿਰਪਾ ਨਾਲ ਐਸੀ ਸੁਲੱਖਣੀ ਘੜੀ ਵੀ ਆਉਂਦੀ ਹੈ ਜਦੋਂ ਹਿਰਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਅਗੰਮੀ ਜੋਤ ਦੇ ਦਰਸ਼ਨ ਹੋ ਜਾਂਦੇ ਨੇ। ਤੇ ਜਦ ਹਿਰਦੇ ਵਿੱਚ ਦਰਸ਼ਨ ਹੋ ਗਏ ਤਾਂ ਸਮੁੱਚੇ ਸੰਸਾਰ ਵਿੱਚ ਰਵਿਆ ਹੋਇਆ ਪਰਮਾਤਮਾ ਵਿੱਚ ਨਜ਼ਰ ਆ ਜਾਂਦਾ ਹੈ। ਜਿੰਨਾ ਚਿਰ ਅੰਤਰ ਆਤਮੇ ਦਰਸ਼ਨ ਨਹੀਂ ਹੋਏ ਓਨਾ ਚਿਰ ਬਾਹਰ ਵੀ ਦੁਜੈਗੀ ਬਣੀ ਰਵੇਗੀ, ਕਿਤੇ ਵੀ ਦਿਖਾਈ ਦੇਵੇਗਾ ਕਿਤੇ ਨਜ਼ਰ ਨਹੀਂ ਆਵੇਗਾ। ਪਰ ਜਦੋਂ ਹਿਰਦੇ ਵਿੱਚੋਂ ਦਰਸ਼ਨ ਨਸੀਬ ਹੋ ਗਏ ਪ੍ਰਾਪਤ ਹੋ ਗਏ ਤਾਂ ਫਿਰ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਜਿੱਧਰ ਵੀ ਮਨੋ ਬਿਰਤੀ ਜਾਂਦੀ ਹੈ ਸੁਰਤ ਜਾਂਦੀ ਹੈ ਤਾਂ ਬ੍ਰਹਮ ਹੀ ਨਜ਼ਰੀ ਆਉਂਦਾ ਹੈ। ਬ੍ਰਹਮ ਤੋਂ ਭਾਵ ਹੈ ਵਿਆਪਕ ਰੂਪ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਜੋ ਦਿਸਦਾ ਬ੍ਰਹਮ ਹੀ ਦਿਸਦਾ ਹੈ, ਜੋ ਦੀਸੈ ਸੋ ਏਕ ਹੈ ਬ੍ਰਹਮ, ਉਹ ਬ੍ਰਹਮ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜੋ ਸੁਣਦਾ ਹੈ ਉਹ ਪਰਮਾਤਮਾ ਦੀ ਭਗਤੀ ਦੇ ਬਚਨ ਹੀ ਸੁਣਦੇ ਨੇ ਤੇ ਜੋ ਵਖਿਆਨ ਹੁੰਦਾ ਇੱਕੋ ਇੱਕ ਪਰਮਾਤਮਾ ਦਾ ਹੀ ਵਖਿਆਨ ਆਪਣੀ ਰਸਮਾਂ ਤੋਂ ਹੁੰਦਾ ਹੈ। ਜੇ ਤੱਕੀਏ ਆਪਣੇ ਹਿਰਦੇ ਅੰਦਰੋਂ ਗੁਰੂ ਦੀ ਕਿਰਪਾ ਦੇ ਨਾਲ ਤੱਕ ਲਿਆ ਭਾਈ ਨੰਦ ਲਾਲ ਜੀ ਵਰਗੀਆਂ ਨੇ ਤੇ ਜਿੱਧਰ ਵੀ ਉਹ ਨਜ਼ਰ ਮਾਰਦੇ ਨੇ ਕਹਿੰਦੇ ਨੇ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ। ਤੱਕ ਲਿਆ ਭਾਈ ਕਨ੍ਹਈਆ ਸਿੰਘ ਜੀ ਨੇ ਜਿੱਧਰ ਵੀ ਦੇਖਦੇ ਨੇ ਗੁਰੂ ਸਰੂਪ ਨਜ਼ਰੀ ਆਉਂਦਾ, ਕੋਈ ਆਪਣਾ ਪਰਾਇਆ ਨਜ਼ਰ ਨਹੀਂ ਆਉਂਦਾ, ਦਿਖਾਈ ਨਹੀਂ ਦੇਂਦਾ। ਭਗਤ ਨਾਮਦੇਵ ਜੀ ਦੇ ਇਤਿਹਾਸ ਵਿੱਚ ਇਹ ਬਚਨੇ ਆਉਂਦੇ ਨੇ ਕਿ ਜੇ ਇੱਕ ਅਵਾਰਾ ਕੂਕਰ ਉਹਨਾਂ ਦੇ ਝੌਂਪੜੀ ਦੇ ਵਿੱਚੋਂ ਪ੍ਰਸ਼ਾਦੇ ਸੁੱਕੇ ਚੁੱਕ ਕੇ ਤੁਰ ਪੈਂਦਾ ਹੈ ਤਾਂ ਘਿਓ ਦੀ ਕਟੋਰੀ ਹੱਥ ਵਿੱਚ ਪਕੜ ਕੇ ਮਗਰ ਦੌੜਦੇ ਆਵਾਜ਼ਾਂ ਮਾਰਦੇ ਨੇ, ਐ ਭਗਵਾਨ ਮੈਂ ਆਪ ਰੋਜ਼ਾਨਾ ਚੋਪੜ ਕੇ ਛੱਕਦਾ, ਤੁਹਾਨੂੰ ਚੋਪੜ ਕੇ ਭੋਗ ਲਵਾਉਂਦਾ, ਅੱਜ ਸੁੱਕੀਆਂ ਕਾਤੋਂ ਲੈ ਤੁਰੇ ਰੁੱਖੀ ਨਾ ਖਾਓ, ਐ ਲੋ ਚੋਪੜ ਕੇ ਛਕੋ। ਤੇ ਫਿਰ ਜਦੋਂ ਐਸੀ ਭਾਵਨਾ ਸੀ ਭਗਤ ਜੀ ਦੀ ਤਾਂ ਉਹ ਘੜੀ ਫਿਰ ਆ ਗਈ ਜਦੋਂ ਘੱਟ ਘੱਟ ਵਾਸੀ ਸਰਬ ਨਿਵਾਸੀ ਪਲ ਮੈਂ ਭੇਸ ਵਟਾਇਆ, ਕੂਕਰ ਤੇ ਜਬ ਠਾਕੁਰ ਹੋਏ ਨਾਮੇ ਦਰਸ਼ਨ ਪਾਇਆ, ਪ੍ਰਤੱਖ ਦਰਸ਼ਨ। ਸੋ ਜਦੋਂ ਹਿਰਦੇ ਅੰਦਰੋਂ ਤੱਕ ਲਿਆ ਜਾਵੇ ਇਹ ਜਿਹੜਾ ਹਰ ਮੰਦਰ ਸਰੀਰ ਹੈ, ਇਸ ਸਰੀਰ ਰੂਪੀ ਮੰਦਰ ਵਿੱਚੋਂ ਉਸ ਹਰ ਨੂੰ ਲੱਭ ਲਿਆ ਜਾਵੇ ਗੁਰੂ ਦੀ ਕਿਰਪਾ ਨਾਲ ਤਾਂ ਹਰੀ ਦਾ ਵਿਸ਼ਾਲ ਮੰਦਰ ਇਹ ਜਿਹੜਾ ਕੁੱਲ ਸੰਸਾਰ ਹੈ, ਇੱਥੇ ਵੀ ਸਭ ਥਾਵਾਂ 'ਤੇ ਉਹ ਅਕਾਲ ਪੁਰਖ ਵਾਹਿਗੁਰੂ ਨਜ਼ਰੀ ਆ ਜਾਂਦਾ ਹੈ, ਸਾਰੀਆਂ ਥਾਵਾਂ 'ਤੇ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਜਿਸ ਆਤਮਿਕ ਆਨੰਦ ਦੀ ਅਵਸਥਾ ਦਾ ਜ਼ਿਕਰ ਸਤਿਗੁਰੂ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਘੱਟ ਘੱਟ ਰੱਬ ਰਹਿਆ ਬਨਵਾਰੀ, ਜਲ ਥਲ ਮਹੀਰ ਗੁਪਤੋ ਵਰਤੈ, ਗੁਰ ਸਬਦੀ ਦੇਖ ਨਿਹਾਰੀ ਜੀਓ ਬਨਵਾਰੀ। ਸੰਸਾਰ ਬਾਲ ਦਾ ਬਾਲੀ ਜੋ ਮਾਲਕ ਹੈ ਪਰਮਾਤਮਾ ਘੱਟ ਘੱਟ ਰੱਬ ਰਹਿਆ, ਹਿਰਦੇ ਹਿਰਦੇ ਵਿੱਚ ਰਵਿਆ ਹੋਇਆ ਹੈ। ਜਲ ਥਲ ਮਹੀਰ ਹੈ ਉਹ ਧਰਤੀ ਆਕਾਸ਼ ਖੁਸ਼ਕੀ ਨਵੀਂ ਸਾਰੀਆਂ ਥਾਵਾਂ ਤੇ, ਪਰ ਗੁਪਤੋ ਵਰਤੈ ਗੁਪਤ ਵਰਤ ਲੈ, ਪ੍ਰਤੱਖ ਨਹੀਂ ਗੁਪਤ ਰੂਪ ਵਿੱਚ ਵਰਤ ਰਿਹਾ ਹੈ।
ਗੁਰ ਸਬਦੀ ਦੇਖ ਨਿਹਾਈ ਜੀਓ, ਗੁਰੂ ਕੇ ਉਪਦੇਸ਼ ਦੁਆਰਾ, ਗੁਰੂ ਕੀ ਸਿੱਖਿਆ ਦੇ ਦੁਆਰਾ ਉਸ ਪਰਮਾਤਮਾ ਦੇ ਦਰਸ਼ਨਾਂ ਨੂੰ ਗੁਰੂ ਪਿਆਰਿਆਂ ਨੇ ਤੱਕ ਲਿਆ ਹੈ। ਅਗਿਆਨ ਬਿਰਤੀ ਕਰਕੇ ਜਿਹੜਾ ਕਿਤੇ ਵੀ ਨਜ਼ਰ ਨਹੀਂ ਸੀ ਨਾ ਆਉਂਦਾ, ਗੁਰੂ ਕੀ ਐਸੀ ਕਿਰਪਾ ਹੋਈ ਕਿ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਮਾਤ ਲੋਕ ਵਿੱਚ, ਪਤਾਲ ਲੋਕ ਵਿੱਚ, ਆਕਾਸ਼ ਲੋਕ ਵਿੱਚ, ਸਾਰੀਆਂ ਥਾਵਾਂ 'ਤੇ ਦਿਖਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਪੂਜਨੀਕ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ, ਇਹ ਬਖਸ਼ਿਸ਼ ਕੀਤੀ, ਉਪਦੇਸ਼ ਦਰੜਾਇਆ, ਸਿੱਖਿਆ ਦਿੱਤੀ, ਗਿਆਨ ਬਖਸ਼ਿਸ਼ ਕੀਤਾ ਸੀ ਸਤਿਗੁਰੂ ਦੇਵ ਨਿਵਾਸ ਜੀ ਨੇ ਕਿ ਐ ਪ੍ਰੇਮੀਆਂ, ਸੋ ਬ੍ਰਹਮ ਅਜੋਨੀ ਹੈ ਭੀ ਹੋਨੀ। ਉਹ ਬ੍ਰਹਮ ਜੋ ਵਿਆਪਕ ਰੂਪ ਹੈ, ਅਜੋਨੀ ਅਜਨਮਾ ਸਰੂਪ ਹੈ, ਹੈ ਉਹ ਹੁਣ ਦੇ ਸਮੇਂ ਵਿੱਚ ਵੀ ਹੈ, ਭੀ ਪਿਛਲੇ ਸਮੇਂ ਵਿੱਚ ਵੀ ਸੀ, ਹੋਨੀ ਅਗਾਂਹ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਹੋਵੇਗਾ। ਮਹਾਰਾਜ ਫਰਮਾਨ ਕਰਦੇ, ਜੋ ਐਸਾ ਪਰਮਾਤਮਾ ਹੈ ਨਾ, ਘੱਟ ਪੀਤਲ ਦੇਖ ਮੁਰਾਰੀ ਜੀਓ, ਉਹ ਹੰਕਾਰ ਇਤਿਆਦਿਕ ਦੈਂਤਾਂ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚੋਂ ਤੱਕਣਾ ਤਾਂ ਇਹ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਰਸਤਾ ਦੱਸਿਆ, ਟਿਕਾਣਾ ਦੱਸਿਆ। ਕੇਵਲ ਦੱਸਿਆ ਹੀ ਨਹੀਂ, ਉੱਥੋਂ ਤੱਕ ਗੁਰੂ ਕੇ ਸਿੱਖ ਦੀ ਆਤਮਿਕ ਪਹੁੰਚ ਵੀ ਕਰਾ ਦਿੱਤੀ, ਅਤੇ ਫਿਰ ਗੁਰੂ ਕੀ ਕਿਰਪਾ ਐਸੀ ਹੋਈ ਕਿ ਮਰਤ ਪਿਆਲ ਆਕਾਸ਼ ਦਿਖਾਓ, ਸਾਰੀਆਂ ਥਾਵਾਂ 'ਤੇ ਦਿਖਾ ਦਿੱਤਾ। ਇਉਂ ਹਰ ਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰੀ ਕਾ ਮੰਦਰ ਹੈ, ਔਰ ਇਸੇ ਪ੍ਰਕਾਰ ਇਹ ਜਗਤ, ਇਹ ਜਿਹੜਾ ਸੰਸਾਰ ਹੈ, ਇਹ ਹਰੀ ਕਾ ਮੰਦਰ ਹੈ। ਔਰ ਇਸ ਉਪਦੇਸ਼ ਦੀ ਦ੍ਰਿੜਤਾ ਕਰਾਉਣ ਵਾਸਤੇ, ਇਸੇ ਹੀ ਆਤਮਿਕ ਆਨੰਦ ਦੀ ਅਨੁਭੂਤੀ ਕਰਾਉਣ ਦੇ ਵਾਸਤੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵੇਕਲੇ ਚਲਾਏ ਹੋਏ ਸਿੱਖ ਧਰਮ ਨੂੰ ਆਪਣਾ ਜੋ ਕੌਮੀ ਅਸਥਾਨ ਬਖਸ਼ਿਸ਼ ਕੀਤਾ, ਕੇਂਦਰੀ ਧਰਮ ਅਸਥਾਨ, ਉਸ ਦਾ ਨਾਮ ਵੀ ਸਤਿਗੁਰੂ ਜੀ ਨੇ ਰੱਖਿਆ ਹਰ ਮੰਦਰ, ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਦੀ ਸੰਰਚਨਾ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਨਕਸ਼ਾ ਆਪ ਤਿਆਰ ਕੀਤਾ। ਆਪਣੀ ਦੇਖ ਰੇਖ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ, ਸੋ ਉਹ ਵੀ ਗੁਰੂ ਕਾ ਹਰ ਮੰਦਰ ਹੈ। ਤੇ ਇਹ ਜਿਹੜਾ ਪਾਵਨ ਸ਼ਬਦ ਹੈ ਨਾ, ਹਰ ਜਪੇ ਹਰ ਮੰਦਰ ਸਾਜਿਆ, ਅਸਲ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਅੱਖਰੀ ਅਰਥਾਂ ਦੇ ਵਿੱਚ ਉਸ ਅਸਥਾਨ ਦੀ ਉਪਮਾ ਵਿੱਚ ਉਸ ਦੀ ਉਸਤ ਦੇ ਵਿੱਚ ਹੀ ਉਚਾਰਨ ਕੀਤਾ, ਤੇ ਅੰਤਰੀਮ ਅਰਥਾਂ ਦੇ ਵਿੱਚ ਵਿਚਾਰ ਜੋ ਦਾਸ ਨੇ ਪਹਿਲਾਂ ਬੇਨਤੀ ਕੀਤੀ, ਹਰ ਮੰਦਰ ਇਹ ਉਹ ਸਰੀਰ ਹੈ, ਇਹਨਾਂ ਅਰਥਾਂ ਦੇ ਵਿੱਚ, ਫਿਰ ਸਮੁੱਚੇ ਸੰਸਾਰ ਦੇ ਅਰਥਾਂ ਦੇ ਵਿੱਚ। ਇੱਥੇ ਇੱਕ ਪਲ ਰੁਕ ਕੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ। ਅੱਜ ਕੱਲ੍ਹ ਇੱਕ ਗੱਲ ਬਹੁਤੀ ਪ੍ਰਚਲਿਤ ਕਰ ਦਿੱਤੀ ਗਈ, ਅਖੇ ਜੀ ਗੁਰੂ ਕੀ ਬਾਣੀ ਦਾ ਕੇਵਲ ਇੱਕ ਅਰਥ ਹੀ ਹੋ ਸਕਦਾ, ਇੱਕ ਤੋਂ ਜ਼ਿਆਦਾ ਅਰਥ ਨਹੀਂ ਹੋ ਸਕਦਾ। ਅਤੇ ਇਹ ਗੱਲ ਕਹਿਣ ਵਾਲੇ ਇਹ ਦਲੀਲ ਦਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਨੇ ਗੁਰਬਾਣੀ ਦਾ ਉਚਾਰਨ ਕੀਤਾ, ਬਾਣੀ ਰਚੀ, ਉਦੋਂ ਕਿਸੇ ਇੱਕ ਅਰਥ ਨੂੰ ਮੁੱਖ ਰੱਖ ਕੇ ਹੀ ਉਚਾਰਨ ਕੀਤੀ ਹੋਵੇਗੀ, ਉਹ ਭਾਵ ਕਿਹੜਾ ਹੈ ਕੋਈ ਦੱਸ ਸਕਦਾ? ਨਹੀਂ, ਕਦਾਚਿਤ ਨਹੀਂ ਕੋਈ ਦੱਸ ਸਕੇਗਾ। ਗੁਰਬਾਣੀ ਇੱਕ ਅਗਾਧ ਬੋਧ ਗਿਆਨ ਦਾ ਸਮੁੰਦਰ ਹੈ। ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਰੂਪ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਪਰਮ ਪਵਿੱਤਰ ਬਚਨ ਆਪਾਂ ਪੜ੍ਹੀਏ, ਹਜ਼ੂਰ ਦੇ ਪਾਵਨ ਬਚਨ ਨੇ, ਹਉ ਆਪਹ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਰੋ ਜੀਓ। ਤਲੰਗ ਰਾਗ ਵਿੱਚ ਆਪਾਂ ਪੜ੍ਹਦੇ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ,
ਤੈਸਣਾ ਕਰੀ ਗਿਆਨ ਦੇ ਗੱਲ। ਔਰ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਚਾਰਨ ਕੀਤੀ ਬਾਣੀ ਓਅੰਕਾਰ ਪੜੀਏ ਰਾਮ ਕਲੀ ਰਾਗ ਦੇ ਵਿੱਚ, ਜਿਸ ਨੂੰ ਆਮ ਸੰਗਤਾਂ ਦੱਖਣੀ ਓਅੰਕਾਰ ਕਹਿ ਕੇ ਪੁਕਾਰਦੀਆਂ ਨੇ, ਸਤਿਗੁਰੂ ਜੀ ਪਾਵਨ ਬਚਨ ਕਰਦੇ ਹਨ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ ਹੋਏ। ਮਹਾਂਪੁਰਖ ਸਭ ਤੋਂ ਮਹਾਨ ਪੁਰਖ, ਜੋ ਸਭ ਨਾਲੋਂ ਉੱਤਮ ਹੈ, ਸਭ ਨਾਲੋਂ ਸ੍ਰੇਸ਼ਟ ਹੈ, ਤੇ ਇਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਅਗੰਮੀ ਬਾਣੀ ਹੈ। ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਤਾਂ ਆਪਾਂ ਸਭਨਾਂ ਨੂੰ ਚੇਤੇ ਆ, ਰੋਜ਼ ਪੜ੍ਹਦੇ ਸੁਣਦੇ ਹਾਂ। ਆਵਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹ ਸੱਚੀ ਬਾਣੀ, ਬਾਣੀ ਤਾਂ ਗਾਵਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਕੀ ਬਾਣੀ, ਗੁਰ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ, ਜੋ ਦੁਨੀਆਂ ਦੀਆਂ ਕੁੱਲ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ, ਅੰਮ੍ਰਿਤ ਰੂਪ ਗੁਰੂ ਦੀ ਬਾਣੀ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਗੁਰ ਸਿਖਾਓ, ਹਰ ਕਰਤਾ ਆਪ ਮੋਹ ਕਢਾਈ। ਭਾਈ ਗੁਰੂ ਕੀ ਬਾਣੀ ਨੂੰ ਸ਼ਰਧਾ ਭਾਵਨਾ ਧਾਰਨ ਕਰਕੇ ਸੱਚ ਜਾਣ ਕੇ ਮੰਨਣਾ ਕਰੋ, ਸਤ ਵਚਨ ਕਹਿ ਕੇ ਗੁਰਬਾਣੀ ਦਾ ਉਪਦੇਸ਼ ਮੰਨੋ। ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਹੈ, ਤੇ ਉਹ ਬਾਣੀ ਦਾ ਕਰਤਾ, ਕੁੱਲ ਸੰਸਾਰ ਦਾ ਕਰਤਾ ਹਰੀ ਅਕਾਲ ਪੁਰਖ ਵਾਹਿਗੁਰੂ ਆਪਣੇ ਪ੍ਰਤੱਖ ਸਰੂਪ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਬਾਣੀ ਆਪ ਪ੍ਰਗਟ ਕਰਾਉਂਦਾ ਹੈ। ਕਿਉਂ? ਬਾਣੀ ਧੁਰ ਵਾਹਿਗੁਰੂ ਦੀ ਹੈ, ਧੁਰ ਕੀ ਬਾਣੀ ਆਈ, ਪੰਚਮ ਪਾਤਸ਼ਾਹੀ ਦਾ ਬਚਨ। ਬਾਣੀ ਧੁਰ ਦਰਗਾਹ ਤੋਂ ਆਈ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਹ ਪਾਵਨ ਬਾਣੀ ਹੈ, ਤੇ ਉਸ ਪਰਮਾਤਮਾ ਦੇ ਦਰ ਤੋਂ ਆਈ ਬਾਣੀ ਉਸੇ ਦਾ ਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜੀਵਨ ਅਮਰ ਨਾ ਕੋਏ। ਜਦੋਂ ਬਾਣੀ ਨਿਰੰਕਾਰ ਪਰਮਾਤਮਾ ਦਾ ਰੂਪ ਹੈ, ਜੇ ਨਿਰੰਕਾਰ ਦਾ ਕੋਈ ਅੰਤ ਨਹੀਂ ਤਾਂ ਗੁਰੂ ਕੀ ਬਾਣੀ ਦਾ ਕੋਈ ਅੰਤ ਨਹੀਂ। ਐਸਾ ਡੂੰਘਾ ਸਾਗਰ ਹੈ ਗੁਰੂ ਕੀ ਬਾਣੀ, ਜਿਸ ਦਾ ਅੰਤ ਕਦੇ ਪਾਇਆ ਨਹੀਂ ਜਾ ਸਕਦਾ। ਮਨੁੱਖ ਦਾ ਗਿਆਨ ਇੱਕ ਸ਼ਬਦੀ ਅਰਥ ਹੁੰਦਾ ਹੈ, ਇੱਕ ਅੰਤਰੀਵ ਅਰਥ ਹੁੰਦਾ ਹੈ। ਅੱਜ ਇਹ ਵੀ ਇੱਕ ਬਹੁਤ ਵੱਡਾ ਭੁਲੇਖਾ ਪਾਇਆ ਜਾਂਦਾ ਹੈ, ਗੁਰੂ ਕੀ ਬਾਣੀ ਦੀ ਵਿਆਖਿਆ ਕਰਦਿਆਂ ਹੋਇਆਂ ਜੋ ਅਜੋਕੀ ਵਿਆਖਿਆ ਪ੍ਰਣਾਲੀਆਂ ਚੱਲੀਆਂ ਨੇ ਵਿਆਕਰਣ ਮੁਤਾਬਕ, ਉਹ ਅਸਲ ਸਿਧਾਂਤ ਨੂੰ ਪਾਸੇ ਛੱਡੀ ਜਾਂਦੀਆਂ ਨੇ। ਗੁਰਬਾਣੀ ਦੇ ਸਿਧਾਂਤ ਦੀ, ਗੁਰਬਾਣੀ ਦੇ ਉਪਦੇਸ਼ ਦੀ ਸਮਝ ਤਦ ਪੈਂਦੀ ਹੈ ਜਦ ਅਸੀਂ ਸੰਬੰਧਿਤ ਗੁਰਬਾਣੀ ਦੇ ਸ਼ਬਦ ਦੀ ਉਥਾਨਕਾ ਵੱਲ ਪਹਿਲਾਂ ਧਿਆਨ ਦੇਈਏ। ਉਥਾਨਕਾ ਤੋਂ ਭਾਵ ਕੀ ਹੈ? ਭਾਵ ਕਿ ਜਿਸ ਕਾਰਨ ਨੂੰ ਲੈ ਕੇ ਉਹ ਸ਼ਬਦ ਉਚਾਰਨ ਹੋ ਰਿਹਾ, ਕਿਸ ਸਬੱਬ ਨੂੰ, ਕਿਸ ਕਾਰਨ ਨੂੰ ਲੈ ਕੇ ਸਤਿਗੁਰਾਂ ਸ਼ਬਦ ਉਚਾਰਿਆ, ਕਿੱਥੇ ਉਚਾਰਿਆ, ਕਦੋਂ ਉਚਾਰਿਆ, ਇਹ ਸ਼ਬਦ ਦੇ ਉਥਾਨ ਦਾ ਜਿਹੜਾ ਸਬੱਬ ਬਣਦਾ, ਇਸ ਨੂੰ ਉਥਾਨਕਾ ਕਿਹਾ ਜਾਂਦਾ ਹੈ। ਥਾਵਾਂ ਥਾਵਾਂ ਤੇ ਮੇਰੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਪਾਏ, ਸੰਸਾਰ ਦੇ ਵਿੱਚ ਵਿਚਰੇ ਧੰਨ ਸਤਿਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸੰਸਾਰ ਦੀਆਂ ਕੀਤੀਆਂ, ਔਰ ਜੋ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਸ਼ ਕੀਤਾ, ਪਾਵਨ ਬਾਣੀ ਉਚਾਰਨ ਕਰਕੇ ਬਖਸ਼ਿਆ। ਤੇ ਜਿੰਨਾ ਚਿਰ ਉਸ ਗੁਰੂ ਕੀ ਬਾਣੀ ਦੇ ਸ਼ਬਦ ਨਾਲ, ਜਿਸ ਦੀ ਕਿ ਆਪਾਂ ਵਿਆਖਿਆ ਕਰ ਰਹੇ ਹੋਈਏ, ਇਹ ਖਿਆਲ ਨਾ ਕੀਤਾ ਜਾਵੇ ਕਿ ਇਹ ਸ਼ਬਦ ਕਦੋਂ ਉਚਾਰਿਆ, ਕਿਸ ਪ੍ਰਥਾਏ ਉਚਾਰਿਆ, ਕਿਸ ਸਬੱਬ ਨੂੰ ਲੈ ਕੇ ਉਚਾਰਿਆ, ਉਹਨਾਂ ਚਿਰ ਵਿਆਖਿਆ ਸਹੀ ਨਹੀਂ ਹੋ ਸਕਦੀ। ਅੱਜ ਦੀ ਵਿਆਖਿਆ ਪਾਸੇ ਰੱਖ ਕੇ ਚੱਲਦੀ ਹੈ, ਤਾਂ ਹੀ ਜੋ ਹੈ ਸਹੀ ਜਿਹੜੀ ਅਰਥ ਵਿਚਾਰ ਹੈ ਉਹ ਸੰਗਤਾਂ ਦੇ ਸਨਮੁੱਖ ਵੀ ਆਉਂਦੀ। ਮੈਂ ਮਿਸਾਲ ਦੇ ਤੌਰ 'ਤੇ ਇੱਕ ਬੇਨਤੀ ਕਰਕੇ ਫਿਰ ਉਹ ਸੰਬੰਧਿਤ ਵਿਸ਼ਾ ਹੈ ਇਸ ਦੇ ਵੱਲ ਵਾਪਸ ਪਰਤਾਂਗਾ।
ਕਈ ਵਾਰ ਸਤਿਗੁਰੂ ਗਰੀਬ ਨਿਵਾਸ ਜੀ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਆਪਾਂ ਸਰਵਣ ਕੀਤਾ ਹੋਵੇਗਾ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸਾਰੇ ਹੋ ਗਿਆ। ਅਤੇ ਹੁਣ ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰੂ ਹੈ, ਇਹ ਹੁਣ ਕੌਣ ਕਹਿ ਰਿਹਾ ਅਤੇ ਕਿਸ ਨੂੰ ਕਹਿ ਰਿਹਾ? ਕੋਈ ਸਪਸ਼ਟ ਹੁੰਦਾ ਹੈ? ਨਹੀਂ, ਬਿਲਕੁਲ ਨਹੀਂ ਹੁੰਦਾ। ਜਦੋਂ ਅਸੀਂ ਇਸ ਸ਼ਬਦ ਦੀ ਉਥਾਨਕਾਲ ਵਾਲੇ ਜਾਵਾਂਗੇ, ਇਹ ਸ਼ਬਦ ਕਦੋਂ ਉਚਾਰਿਆ ਸਤਿਗੁਰਾਂ ਨੇ, ਕਿੱਥੇ ਉਚਾਰਿਆ, ਕਿਸ ਸਬੱਬ ਨੂੰ ਲੈ ਕੇ ਉਚਾਰਿਆ, ਤਾਂ ਸ਼ਬਦ ਦਾ ਅਸਲੀ ਭਾਵ ਸਾਡੇ ਸਾਹਮਣੇ ਆਵੇਗਾ। ਸੰਖੇਪ ਵਿੱਚ ਮੈਂ ਬੇਨਤੀ ਕਰ ਦੇਵਾਂ, ਜਦੋਂ ਚੌਥੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਦਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਸੰਸਾਰਕ ਉਮਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੋ ਵੱਡੇ ਭਰਾ ਨੇ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਕਰੀਬਨ 1612 ਬਿਕਰਮੀ ਦੇ ਵਿੱਚ ਸਤਿਗੁਰੂ ਰਾਮਦਾਸ ਜੀ ਦਾ ਆਨੰਦ ਕਾਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਹੋਇਆ। 1615 ਬਿਕਰਮੀ ਵਿੱਚ ਵੱਡੇ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਮ ਤ੍ਰਿਪਤੀ ਚੰਦ ਰੱਖਿਆ ਗਿਆ। 1618 ਬਿਕਰਮੀ ਵਿੱਚ ਦੂਸਰੇ ਪੁੱਤਰ ਦਾ ਜਨਮ, ਜਿਸ ਦਾ ਨਾਮ ਮਹਾਂਦੇਵ ਰੱਖਿਆ ਗਿਆ। ਅਤੇ ਸੰਮਤ 1620 ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਅਤੇ ਹੁਣ ਇਹ ਤਿੰਨ ਭਰਾ ਹਨ, ਸਰੀਰਕ ਉਮਰ ਦੇ ਰੂਪ ਵਿੱਚ ਪ੍ਰਿਥੀ ਚੰਦ ਸੰਤਾਂ ਤੋਂ ਵੱਡਾ ਹੈ, ਪਰ ਜੈਸਾ ਕਿ ਗੁਰਬਾਣੀ ਦਾ ਵਚਨ ਹੈ ਕਿ ਚੰਦਨ ਕਹਿ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ, ਇਸ ਹਾਲਤ ਦਾ ਧਾਰਨ ਰਿਹਾ ਬਾਬਾ ਪ੍ਰਿਥੀ ਚੰਦ। ਗੁਰੂ ਘਰ ਵਾਲੇ ਗੁਣ, ਗੁਰਮਤ ਦੇ ਗੁਣ, ਗੁਰਸਿੱਖੀ ਦੇ ਗੁਣ ਆਪਣੇ ਜੀਵਨ ਅੰਦਰ ਧਾਰਨ ਨਾ ਕੀਤੇ ਅਤੇ ਮਨ ਵਿੱਚ ਸਾਰੀ ਉਮਰ ਖੋਟ ਹੀ ਰੱਖਿਆ। ਗੁਰੂ ਅਰਜਨ ਦੇਵ ਜੀ ਜੋ ਸਰੀਰਕ ਉਮਰ ਵਿੱਚ ਦੋਵਾਂ ਭਰਾਵਾਂ ਤੋਂ ਛੋਟੇ, ਪਰ ਅਸਲ ਵਿੱਚ ਗੁਣਾਂ ਕਰਕੇ ਅਤੇ ਆਤਮਿਕ ਅਵਸਥਾ ਕਰਕੇ ਸਭ ਤੋਂ ਵੱਡੇ, ਤਖ਼ਤ ਬਹਿ ਤਖ਼ਤਾ ਕੀ ਲਾਇਕ ਦੇ ਮਹਾਂਵਾਕ ਅਨੁਸਾਰ ਗੁਰਤਾ ਦੇ ਕਥਨ ਤੇ ਸੁਭਾਏ ਮਨ ਹੋਏ, ਚੌਥੇ ਪਾਤਸ਼ਾਹ ਨੇ ਗੁਰਤਾ ਦੀ ਦਾਤ ਬਖਸ਼ਿਸ਼ ਕੀਤੀ, ਤਿੰਨਾਂ ਦੇ ਬਚਨਾਂ ਮੁਤਾਬਕ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਰਸਮ ਅਦਾ ਕੀਤੀ। ਪ੍ਰਿਥੀ ਚੰਦ ਪਹਿਲਾਂ ਤਾਂ ਬਾਬਾ ਬੁੱਢਾ ਜੀ ਦੇ ਨਾਲ ਲੜਿਆ ਅਤੇ ਫਿਰ ਆਪਣੇ ਪਿਤਾ ਸਤਿਗੁਰੂ ਰਾਮਦਾਸ ਨੂੰ ਇਹ ਕੀ ਕੀਤਾ, ਸਾਨੂੰ ਦੋ ਵੱਡਿਆਂ ਨੂੰ ਛੱਡ ਕੇ ਛੋਟੇ ਨੂੰ ਬੰਨ ਦਿੱਤੀ। ਬਾਬਾ ਜੀ ਨੇ ਬਚਨ ਕੀਤਾ, ਮੈਂ ਤਾਂ ਗੁਰੂ ਦਾ ਹੁਕਮ ਮੰਨਿਆ ਅਤੇ ਆਪਣੇ ਗੁਰੂ ਪਿਤਾ ਦੇ ਨਾਲ ਵੀ ਵੱਧ ਘੱਟ ਇਹ ਗੱਲਾਂ ਕੀਤੀਆਂ ਪ੍ਰਿਥੀ ਚੰਦ ਨੇ। ਉਦੋਂ ਸਤਿਗੁਰਾਂ ਨੇ ਸਾਰਗ ਰਾਗ ਵਿੱਚ ਇਹ ਬਚਨ ਉਚਾਰਿਆ ਸੀ, ਕਾਹੇ ਕੂਟ ਝਗੜ ਪਾਓ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਹੋ ਕਿਨ ਸਿਉ ਝਗੜਤ ਪਾਪ। ਫਿਰ ਵੱਧ ਘੱਟ ਗੱਲਾਂ ਕਰਦਾ ਹੈ ਅਤੇ ਪਹਿਲਾਂ ਮੇਰਾ ਹੱਥ ਛੋਟੇ ਨੂੰ ਦੇ ਦਿੱਤਾ ਅਤੇ ਹੁਣ ਬਹੁਤਾ ਮੈਨੂੰ ਉਪਦੇਸ਼ ਦਿੰਦੇ ਨੇ, ਬਹੁਤੀਆਂ ਗੱਲਾਂ ਕਰਦੇ ਨੇ ਅਤੇ ਨਾਲ ਧਮਕੀ ਵੀ ਦਿੱਤੀ ਕਿ ਮੇਰੀ ਸਰਕਾਰੀ ਦਰਬਾਰੇ ਵੀ ਪਹੁੰਚ ਹੈ, ਮੈਂ ਕਿਸੇ ਬਾਦਸ਼ਾਹੀ ਅਹਿਲਕਾਰ ਦੇ ਨਾਲ ਗੰਢ ਤੁਪ ਕਰਕੇ ਫੌਜ ਚੜ੍ਹਾ ਕੇ ਲਿਆਵਾਂਗਾ, ਆਪਣੇ ਛੋਟੇ ਭਰਾ ਅਰਜਨ ਦੇਵ ਜੀ ਨੂੰ ਮੈਂ ਗ੍ਰਿਫਤਾਰ ਕਰਾ ਦਿਆਂਗਾ, ਗੁਰਤਾ ਦੇ ਤਖ਼ਤ ਦਾ ਮਾਲਕ ਮੈਂ ਬਣ ਜਾਵਾਂਗਾ। ਤਾਂ ਸਤਿਗੁਰੂ ਰਾਮਦਾਸ ਜੀ ਨੇ ਸੂਝੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ, ਤਿੰਨੇ ਅੰਤਰ ਹਰ ਆਰਾਧਿਆ ਜਿਨਕੈ ਧੁਰ ਲਿਖਿਆ ਲਿਖਤ ਦਲਾਰਾ, ਤਿਨਕੀ ਬਖੀਦੀ ਕੋਈ ਕਿਹਾ ਕਰੇ ਜਿਨਕਾ ਅੰਨ ਕਰੇ ਮੇਰਾ ਹਰ ਕਰਤਾਰਾ। ਤੇ ਇਸ ਸ਼ਬਦ ਦਾ ਅੰਤਲਾ ਪਦ ਉਚਾਰਨ ਕੀਤਾ, ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚਾਹੋ ਪੀੜੀ ਆਦਿ ਜੁਗਾਦ ਬਖੀਦੀ ਕਰਿਆ ਨਾ ਪਾਇਓ, ਹਰ ਸੇਵਕ ਭਾਈ ਨਿਸਤਾਰਾ। ਕਿਉਂ ਕੁਝ ਨਹੀਂ ਵਿਗਾੜ ਸਕੇਗਾ ਗੁਰੂ ਅਰਜਨ ਦੇਵ ਜੀ ਦਾ,
ਸਾਡੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਕੂਚ ਕੀਤਾ, ਗੋਇੰਦਵਾਲ ਸਾਹਿਬ ਗਏ ਤੇ ਉੱਥੇ ਅਗਲੇ ਦਿਨ ਜਾ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ, ਸਤਿਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਰਹੇ ਨੇ। ਔਰ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਗੰਭੀਰ ਅਵਸਥਾ ਦੇ ਵਿੱਚ ਨੇ, ਪ੍ਰਿਥੀ ਚੰਦ ਆਪਣਾ ਗੁਰਤਾ ਦਾ ਢਾਉਰ ਚਾ ਬੈਠਾ, ਕਿਉਂਕਿ ਸਤਿਗੁਰੂ ਰਾਮਦਾਸ ਜੀ ਦੇ ਹੁੰਦਿਆਂ ਹੋਇਆਂ ਸਾਰੀ ਸੰਗਤ ਦਾ ਕਾਲ ਮੁਖਤਿਆਰ ਇਹ ਸੀ। ਵੱਡਾ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਦੀ ਦਿਨੀ ਆਗਰੇ ਸਨ, ਉੱਥੇ ਆਪ ਜੀ ਨੂੰ ਖਬਰ ਮਿਲੀ ਕਿ ਸਤਿਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਂ ਦੀ ਦਾਤ ਬਖਸ਼ੀ ਹੈ, ਤਾਂ ਆਗਰੇ ਤੋਂ ਚੱਲ ਕੇ ਭਾਈ ਗੁਰਦਾਸ ਜੀ ਅੰਮ੍ਰਿਤਸਰ ਪਹੁੰਚਦੇ ਨੇ। ਔਰ ਇੱਥੋਂ ਦਾ ਮਾਹੌਲ ਵੇਖ ਕੇ ਮਨ ਹੀ ਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਰਖ ਵੀ ਕਰਦੇ ਨੇ ਕਿ ਇਹਨੂੰ ਪੂਰੀ ਨਿਸ਼ਾ ਹੁੰਦੀ ਹੈ, ਤਸੱਲੀ ਹੁੰਦੀ ਹੈ, ਅਤੇ ਹੁਣ ਸੰਗਤਾਂ ਨੂੰ ਅਸਲੀਅਤ ਦੱਸਣ ਦਾ ਵਸੀਲਾ ਭਾਈ ਗੁਰਦਾਸ ਜੀ ਜੁਟਾਉਂਦੇ ਨੇ, ਅਤੇ ਇਹ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਲੈ ਕੇ ਆਉਂਦੇ ਨੇ। ਪ੍ਰਿਥੀ ਚੰਦ ਦਾ ਮਨ ਸਾਰੀ ਉਮਰ ਨਹੀਂ ਕਰਿਆ, ਕੁੱਲ ਉਮਰ ਕੋਟ ਵਿੱਚ ਅਤੇ ਈਰਖਾ ਦੇ ਵਿੱਚ ਹੀ ਗਵਾਈ, ਪਰ ਬਾਬਾ ਮਹਾਂਦੇਵ ਜੀ ਜੋ ਕਿ ਵੱਖਰੇ ਤੌਰ 'ਤੇ ਕੁਝ ਸਮਾਂ ਪੂਜਾ ਕਰਾਉਂਦੇ ਰਹੇ ਸੀ, ਉਹਨਾਂ ਨੇ ਜਲਦੀ ਹੀ ਅਨੁਭਵ ਕਰ ਲਿਆ, ਇਸ ਗੱਲ ਨੂੰ ਮਹਿਸੂਸ ਕਰ ਲਿਆ ਕਿ ਸਾਡਾ ਬਾਬਾ ਗਲਤ, ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਜੋ ਕੀਤਾ ਉਹ ਸਹੀ ਕੀਤਾ। ਉਦੋਂ ਆਪਣਾ ਵੱਡਾ ਭਰਾ ਹੋਣ ਦੀ ਹੰਗਤਾ ਨੂੰ ਛੱਡ ਕੇ ਇੱਕ ਦਾਸ ਬਣ ਕੇ, ਇੱਕ ਸੇਵਕ ਬਣ ਕੇ ਬਾਬਾ ਮਹਾਂਦੇਵ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਗਏ। ਜਦੋਂ ਵੱਡੇ ਭਰਾਤਾ ਜੀ ਨੂੰ ਆਉਂਦਿਆਂ ਤੱਕਿਆ, ਮਰਜ਼ਾਦਾ ਪੁਰਸ਼ੋਤਮ ਨਿਮਰਤਾ ਦੇ ਭੰਡਾਰ ਸਤਿਗੁਰੂ ਅਰਜਨ ਦੇਵ ਜੀ ਕਿਹਨਾਂ ਦੇ ਸਤਿਕਾਰ ਵਜੋਂ ਉੱਠ ਖੜ੍ਹੇ ਹੋਏ, ਅਤੇ ਜਦੋਂ ਵੇਖਿਆ ਕਿ ਮੈਨੂੰ ਵੱਡਾ ਭਰਾ ਜਾਣ ਕੇ ਸਤਿਗੁਰੂ ਜੀ ਉੱਠ ਖੜ੍ਹੇ ਹੋਏ, ਬਾਬਾ ਮਹਾਂਦੇਵ ਜੀ ਨੇ ਉਸ ਵਕਤ ਆਣ ਚਰਨ ਪਕੜੇ ਸਨ ਅਤੇ ਬੇਨਤੀ ਕੀਤੀ ਸੀ, ਅੱਜ ਮੈਂ ਵੱਡਾ ਭਰਾ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸੇਵਕ ਬਣ ਕੇ, ਦਾਸ ਬਣ ਕੇ ਆਇਆ। ਉਹ ਬਾਤ ਹੋਈ, ਸਿੱਖ ਰੂਪ ਵਿੱਚ ਬਾਬਾ ਮਹਾਂਦੇਵ ਜੀ ਨੇ ਜੋ ਬੇਨਤੀ ਕੀਤੀ ਅਤੇ ਗੁਰੂ ਰੂਪ ਹੋ ਕੇ ਪੰਚਮ ਪਾਤਸ਼ਾਹ ਨੇ ਜੋ ਪਾਵਨ ਉਪਦੇਸ਼ ਬਖਸ਼ਿਆ, ਉਹ ਸਾਰਾ ਉਪਦੇਸ਼ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਉਚਾਰਨ ਕੀਤਾ। ਅਤੇ ਜਦੋਂ ਹੁਣ ਇਹ ਉਠਾਨਕਾ ਲੈ ਕੇ ਚੱਲਾਂਗੇ, ਅਰਥ ਸਪਸ਼ਟ ਹੋ ਗਏਗਾ, ਬੇਨਤੀ ਬਾਬਾ ਮਹਾਰਾਜ, ਹੁਣ ਤਾਂ ਮੈਂ ਇਹ ਨਿਸ਼ਚਾ ਲੈ ਕੇ ਆਇਆ ਕਿ ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰੂ ਹੈ, ਮੈਂ ਆਪਣਾ ਗੁਰੂ ਮੰਨ ਕੇ ਆਪ ਜੀ ਦੇ ਦਰ 'ਤੇ ਆਇਆ ਹਾਂ, ਇਹ ਆਸ ਲੈ ਕੇ ਕਿ ਸੁਣ ਬੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹ ਵਿਖਾਏ, ਲੋਕ ਪ੍ਰਲੋਕ ਦੇ ਮਿੱਤਰ ਸਤਿਗੁਰੂ ਮੇਰਾ ਜੀਵਣਾ ਆਪ ਜੀ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਮੈਨੂੰ ਆਪ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਦੇ ਹਾਂ। ਇਹੀ ਬੇਨਤੀ ਅੱਗੇ ਰਹਾਉ ਦੀ ਪੰਕਤੀ ਵਿੱਚ ਹੈ, ਸੁਣ ਬੀਤਾ ਧੂਰੀ ਕਉ ਬਲ ਜਾਈ, ਇਹ ਮਨ ਤੇਰਾ ਭਾਈ, ਅਤੇ ਇਹੀ ਬੇਨਤੀ ਅਗਲੇ ਪਦੇ ਵਿੱਚ ਵੀ ਜਾਰੀ ਰਹਿੰਦੀ ਹੈ, ਪਾਪ ਮਲੋਵਾ ਮਨਮਲ ਧੋਵਾ, ਇਹ ਮਨ ਤੈ ਤੂੰ ਦੇਸਾਂ, ਸੁਣ ਬੀਤਾ ਹਾਂ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾਂ, ਮੈਂ ਆਪ ਜੀ ਦੇ ਚਰਨ ਪਰਸਾਂ, ਇਹਨਾਂ ਚਰਨਾਂ ਨੂੰ ਮਲਾਂ ਦਬਾਵਾਂ, ਸੇਵਾ ਕਰਾਂ, ਮਲ ਮਲ ਕੇ ਧੋਣਾ ਕਰਾਂ, ਆਪਣਾ ਮਨ ਮੈਂ ਆਪ ਜੀ ਦੇ ਅਰਪਣ ਕਰ ਦੇਵਾਂ, ਹੇ ਸਤਿਗੁਰੂ ਜੀ ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾਂ, ਮੈਨੂੰ ਐਸਾ ਉਪਦੇਸ਼ ਦਿਓ ਕਿ ਮੇਰਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ। ਇਹ ਸੀ ਬੇਨਤੀ, ਇਹ ਸੀ ਸਵਾਲ, ਤੇ ਇਹਦਾ ਜਵਾਬ, ਇਹਦਾ ਉਪਦੇਸ਼ ਜੋ ਹੈ ਉਹ ਸਤਿਗੁਰੂ ਜੀ ਨੇ ਅਗਲੇ ਪਦੇ ਵਿੱਚ ਫਰਮਾਇਆ, ਮਾਨ ਨਾ ਕੀਜਾ ਸਰਨ ਪਰੀਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਹੋ ਦਰਸ਼ਨ ਹਰ ਜੀਓ ਤਾਈਐ। ਇਹ ਉਪਦੇਸ਼ ਹੈ, ਸਿੱਖਿਆ ਮੰਗੀ ਸੀ, ਉਪਦੇਸ਼ ਮੰਗਿਆ ਸੀ ਕਿ ਪ੍ਰਭ ਮਿਲੋ ਦੇਹੋ ਉਪਦੇਸਾ,
ਮਹਾਰਾਜ ਨੇ ਦਿੱਤਾ ਇਉਂ ਦਰਸ਼ਨ ਹਰ ਜੀਓ ਪਾਈਆ, ਇਉਂ ਦਰਸ਼ਨ ਹੋਣਗੇ, ਮਾਨ ਨਾ ਕਰੀ। ਹੰਕਾਰ ਤੋਂ ਦੂਰ ਰਹੀਏ, ਗੁਰੂ ਕੀ ਸ਼ਰਨ ਵਿੱਚ ਪਏ ਰਹੀਏ, ਗੁਰੂ ਕੇ ਬਚਨ ਨੂੰ ਭਲਾ ਕਰਕੇ ਮੰਨੀਏ, ਵਾਹਿਗੁਰੂ ਦੇ ਭਾਣੇ ਨੂੰ ਭਲਾ ਕਰਕੇ ਮੰਨੀਏ, ਆਪਣਾ ਸਰੀਰ, ਆਪਣਾ ਅੰਤਰ ਆਤਮਾ, ਆਪਣਾ ਮਨ ਸਭ ਕੁਝ ਪਰਮਾਤਮਾ ਦੇ ਅਰਪਣ, ਗੁਰੂ ਕੇ ਅਰਪਣ ਕਰ ਦੇਈਏ ਤੇ ਵਾਹਿਗੁਰੂ ਦਾ ਨਾਮ ਜਪੀਏ, ਇਉਂ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀ ਦਾਰੇ ਹੁੰਦੇ ਨੇ। ਉਪਦੇਸ਼ ਵੀ ਬਖਸ਼ਿਆ, ਕਿਰਪਾ ਦ੍ਰਿਸ਼ਟੀ ਵੀ ਕੀਤੀ। ਉਹ ਜਿਹੜਾ ਹੰਗਤਾ ਦਾ ਸੂਖਮ ਜਿਹਾ ਪਰਦਾ ਬਣਿਆ ਸੀ, ਬਾਬਾ ਮਹਾਂਦੇਵ ਜੀ ਸਤਿਗੁਰਾਂ ਨੇ ਅਖੀਰਲੇ ਪਦੇ ਵਿੱਚ ਕੀਤਾ, ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੋਲ ਨਿਰੰਜਨ ਮਿੱਠਾ। ਇਉਂ ਸ਼ਬਦ ਦੀ ਉਥਾਨਤਾ ਜਿਹੜੀ ਹੈ, ਇਹ ਮੁੱਖ ਭਾਵ ਸ਼ਬਦ ਦਾ ਸਾਡੇ ਸਾਹਮਣੇ ਰੱਖਦੀ ਹੈ, ਫਿਰ ਉਸ ਦੇ ਵਿੱਚੋਂ ਅੰਤਰੀਮ ਭਾਵ ਵੀ ਜਿਹੜਾ ਹੈ ਉਹ ਉਜਾਗਰ ਹੁੰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਦੇ ਗ੍ਰਹਿ ਵਿਖੇ, ਗੁਰੂ ਕੀ ਬਟਾਲੀ ਵਿਖੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਪਾਤਸ਼ਾਹ ਅਵਤਾਰ ਧਾਰਨ ਕਰਦੇ ਨੇ, ਸਤਿਗੁਰੂ ਗੁਰਬਾਣੀ ਵਿੱਚ ਸ਼ਬਦ ਉਚਾਰਨ ਕਰਦੇ ਨੇ, ਸਤਿਗੁਰੂ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰਾ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਦੁਖਿਆ ਧੋਖਾ। ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਸੰਗਤਾਂ ਦੇ ਮਨਾਂ ਦੀ ਖੁਸ਼ੀ ਦੇ ਜਿਹੜਾ ਆਨੰਦ ਹੈ, ਉਸਦਾ ਵਰਣਨ ਸ਼ਬਦ ਅੰਦਰ ਸਤਿਗੁਰਾਂ ਨੇ ਕੀਤਾ ਹੈ, ਜੋ ਸ਼ਬਦੀ ਅਰਥ ਹੈ। ਤੇ ਇਸੇ ਸ਼ਬਦ ਦੇ ਜੇ ਅੰਤਰੀਮ ਅਰਥ ਕਰੀਏ ਤਾਂ ਉਹ ਜਗਿਆਸੂ ਦੇ ਹਿਰਦੇ ਵਿੱਚ ਆਤਮਿਕ ਗਿਆਨ ਰੂਪੀ ਪੁੱਤਰ ਪ੍ਰਗਟ ਹੋਣ ਦਾ ਜਿਹੜਾ ਅਰਥ ਹੈ ਉਹ ਬਣਦਾ ਹੈ। ਉਸੇ ਹੀ ਮੌਕੇ ਸਤਿਗੁਰਾਂ ਨੇ ਇਹ ਸ਼ਬਦ ਵੀ ਉਚਾਰਨ ਕੀਤਾ ਸੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭਰਦਾ। ਸਾਡੀ ਪੰਜਾਬੀ ਬੋਲਚਾਲ ਵਿੱਚ ਬੰਨਾ ਪੁੱਤਰ ਨੂੰ ਕਿਹਾ ਜਾਂਦਾ ਹੈ, ਵਾਹਿਗੁਰੂ ਨੇ ਪੁੱਤਰ ਬਖਸ਼ਿਸ਼ ਕੀਤਾ ਹੈ, ਚਿੰਤਾ ਰੂਪੀ ਦੁੱਖ ਤੇ ਰੋਗ ਜਿਹੜੇ ਸਨ ਉਹਨਾਂ ਦਾ ਡੇਰਾ ਹੀ ਭੰਨ ਦਿੱਤਾ। ਤੇ ਅੰਤਰੀਮ ਅਰਥਾਂ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬੰਨਾ ਭਾਵ ਆਪਣਾ ਸਹਾਰਾ ਦਿੱਤਾ, ਆਪਣਾ ਆਸਰਾ ਦਿੱਤਾ, ਜਗਿਆਸੂ ਦੇ ਮਨ ਵਿੱਚੋਂ ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਅਗਿਆਨ ਹੈ ਇਹ ਇਉਂ ਦੋ ਭਾਵ ਤਾਂ ਮੁੱਖ ਤੌਰ ਤੇ ਬਣਦੇ ਹੀ ਬਣਦੇ ਨੇ, ਇੱਕ ਅੱਖਰੀ ਅਰਥ, ਇੱਕ ਅੰਤਰੀਮ ਅਰਥ। ਇਸੇ ਤਰ੍ਹਾਂ ਇਹ ਜਿਹੜਾ ਪਾਵਨ ਸ਼ਬਦ ਹੈ, ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਨ ਉਪਰੰਤ ਇਸ ਪਾਵਨ ਅਸਥਾਨ ਦੀ ਮਹਾਨਤਾ ਦੇ ਵਿੱਚ ਉਚਾਰਨ ਕੀਤਾ। ਹਰ ਜਪੇ ਹਰ ਮੰਦਰ ਸਾਜਿਆ, ਜਪਦਿਆਂ ਹੋਇਆ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਉਸ ਹਰੀ ਪਰਮਾਤਮਾ ਦਾ ਜਾਪ ਜਪਾਉਣ ਵਾਸਤੇ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਵਾਹਿਗੁਰੂ ਹੈ, ਉਹਨੂੰ ਸਿਮਰ ਸਿਮਰ ਕੇ, ਉਹਨੂੰ ਯਾਦ ਕਰਕੇ, ਮਨ ਬਾਣੀ ਦੇ ਦੁਆਰਾ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਸਭਨੇ ਪਾਪ ਜਾਵੇ ਹੈਰਾਨ, ਆਪਣੇ ਜਨਮਾਂ ਜਨਮਾਂਤਰਾਂ ਦੇ ਕੀਤੇ ਸਾਰੇ ਪਾਪਾਂ ਨੂੰ ਛੱਡ ਦਿੰਦੇ, ਤਿਆਗ ਦਿੰਦੇ ਨੇ, ਪਾਪਾਂ ਦਾ ਅੰਤ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਐਸਾ ਇਹ ਮਹਾਨ ਅਸਥਾਨ ਸਾਨੂੰ ਬਖਸ਼ਿਸ਼ ਕੀਤਾ। ਆਪਾਂ ਜਾਣਦੇ ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਫਿਜ਼ਾ ਹੀ ਐਸੀ ਪਵਿੱਤਰ ਹੈ ਜਿੱਥੇ 24 ਘੰਟੇ ਇਲਾਹੀ ਬਾਣੀ ਦੇ ਨਾਦ ਗੂੰਜਦੇ ਨੇ, ਹਰ ਵੇਲੇ ਸਾਚ ਨਾਮ ਕੀ ਅੰਮ੍ਰਿਤ ਵਰਤਾ ਹੋ ਰਹੀ ਹੈ, ਗੁਰਬਾਣੀ ਦੇ ਕੀਰਤਨ ਦੇ ਪ੍ਰਵਾਹ ਹਮੇਸ਼ਾ ਚੱਲਦੇ ਨੇ, ਤੇ ਰਾਤ ਜਿੰਨੇ ਸਮੇਂ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਵਾੜ ਬੰਦ ਹੁੰਦੇ ਨੇ, ਉਹਨਾਂ ਚਿਰ ਬਾਹਰ ਪਰਿਕਰਮਾ ਵਿੱਚ ਬੈਠੀਆਂ ਹੋਈਆਂ ਸੰਗਤਾਂ ਸੁਖਮਨੀ ਸਾਹਿਬ ਦੇ ਪਾਠ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੀਆਂ, ਤੇ ਅੰਦਰ ਸਫਾਈ ਦੀ ਇਸ਼ਨਾਨ ਦੀ ਸੇਵਾ ਕਰਦੇ ਗੁਰਮੁਖ ਪਿਆਰੇ ਵੀ ਬਾਣੀ ਦੇ ਸ਼ਬਦ ਪੜ੍ਹਦੇ ਰਹਿੰਦੇ, ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ਇੱਕ ਪਦ ਵੀ ਐਸਾ ਨਹੀਂ ਉਸ ਪਾਵਨ ਫਿਜ਼ਾ ਦੇ ਵਿੱਚ ਜਦੋਂ ਕਿ ਉੱਥੇ ਵਾਹਿਗੁਰੂ ਦਾ ਸਿਮਰਨ ਨਾ ਹੁੰਦਾ ਹੋਵੇ, ਜਦੋਂ ਬਾਣੀ ਨਾ ਪੜ੍ਹੀ ਜਾਂਦੀ ਹੋਵੇ ਜਾਂ ਕੀਰਤਨ ਨਾ ਹੁੰਦਾ ਹੋਵੇ। ਇਉਂ ਸੰਤ ਭਗਤ ਗੁਣ ਗਾਵੇ ਹੈ ਰਾਮ,
ਨਿਤਾ ਪ੍ਰਤੀ ਪਰਮਾਤਮਾ ਦੇ ਸੰਤ ਪਿਆਰੇ ਭਗਤ ਜਦ ਉੱਥੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਇਹ ਉਸ ਅਸਥਾਨ ਦੀ ਵਡਿਆਈ ਸਤਿਗੁਰੂ ਜੀ ਨੇ ਕੀਤੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਸ੍ਰੀ ਦਾ ਪ੍ਰਕਾਸ਼ ਕੀਤਾ ਸੀ ਸਤਿਗੁਰੂ ਅਰਜਨ ਦੇਵ ਜੀ ਨੇ, ਉਦੋਂ ਜੋ ਪਾਵਨ ਸ੍ਰੀ ਮੁੱਖ ਵਾਕ ਆਇਆ ਸੀ ਸੂਹੀ ਰਾਗ ਵਿੱਚ ਹੀ, ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ, ਤਰਪ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਬਦ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਬਦ ਵਸੂਰੇ, ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪ੍ਰਾਣੀ ਗਾਇਆ, ਆਪਣਾ ਬਿਰਤਬ ਦੇ ਵਿੱਚ ਉਚਾਰਨ ਕੀਤਾ। ਕੀ ਮਹਾਨਤਾ ਹੈ ਇਸ ਅਸਥਾਨ ਦੀ, ਸੰਤਾਂ ਆਪਣੇ ਪਿਆਰਿਆਂ ਦੇ ਕਾਰਜਾਂ ਵਿੱਚ ਵਾਹਿਗੁਰੂ ਆਪ ਸਹਾਇਕ ਹੋ ਗਿਆ, ਆਪ ਖਲੋਤਾ ਹੈ ਸਾਰੇ ਕਾਰਜਾਂ ਵਿੱਚ, ਆਪ ਸਾਰੇ ਕੰਮ ਨੂੰ ਕਰਾਉਣ ਵਾਸਤੇ ਉਹ ਵਾਹਿਗੁਰੂ ਆਇਆ ਹੋਇਆ ਹੈ। ਇਹ ਧਰਤੀ ਸੋ ਵਧੀਕ ਬਣੀ ਹੈ, ਇਹ ਤਾਲ ਬੜਾ ਸੋਭਾ ਵਾਲਾ, ਤਾਲ ਕਹਿੰਦੇ ਨੇ ਸਰੋਵਰ ਨੂੰ, ਜਿਸ ਸਰੋਵਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣ ਜਪਾਉਣ ਵਾਲਾ ਮਹਾਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸੁਭਾਈ ਮਾਨ ਹੈ। ਇਹ ਤਾਲ ਸੁਹਾਵਾ ਬੜਾ ਸੋਭਾ ਵਾਲਾ ਬਣਿਆ ਹੈ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਇਹਦੇ ਵਿੱਚ ਅੰਮ੍ਰਿਤ ਰੂਪੀ ਜਲ ਜਿਹੜਾ ਹੈ ਛਾਇਆ ਹੋਇਆ ਭਾਵ ਭਰਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਲਾਤੇ ਸਗਲ ਵਿਸੂਰੇ ਸਗਲ ਮਨੋਰਥ ਪੂਰੇ, ਸੋ ਅੰਮ੍ਰਿਤ ਜਲ ਇਹੋ ਜਿਹਾ ਛਾਇਆ ਕਿ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਝੋਲੇ ਲੱਥ ਜਾਂਦੇ ਨੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਐਸੀ ਬਨਾਵਟ ਪਰਮਾਤਮਾ ਨੇ ਆਪਣੀ ਬਣਾਈ ਹੈ, ਜੈ ਜੈਕਾਰ ਭਇਆ ਜਗ ਅੰਤਰ ਲਾਤੇ ਸਗਲ ਵਿਸੂਰੇ, ਜੈ ਜੈਕਾਰ ਹੋਈ ਹੈ ਜਗਤ ਵਿੱਚ ਗੁਰੂ ਘਰ ਦੀ, ਗੁਰੂ ਕੀ, ਗੁਰੂ ਕਿਆ ਸਿੱਖਾਂ ਦੀ, ਔਰ ਸਾਰੇ ਝੋਲੇ ਗੁਰੂ ਕੇ ਸਿੱਖਾਂ ਦੇ ਲੱਥ ਗਏ। ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ, ਉਹ ਪਰਮਾਤਮਾ ਜੋ ਪਰਿਪੂਰਨ ਹੈ, ਪੁਰਖ ਸਰੂਪ ਹੈ, ਅਗੇਰ ਅਵਨਾਸੀ ਸਰੂਪ ਪਰਮਾਤਮਾ ਜਿਸਦਾ ਜਸ ਵੇਦ ਅਤੇ ਪ੍ਰਾਣ ਵੀ ਗਾਉਂਦੇ ਨੇ, ਉਸ ਪਰਮਾਤਮਾ ਨੇ ਕਿਰਪਾ ਕੀਤੀ ਕਿ ਆਪਣਾ ਬਿਰ ਰੱਖਿਆ ਪਰਮੇਸ਼ਰ ਨਾਨਕ ਨਾਮ ਪਿਆ। ਇਉਂ ਸ੍ਰੀ ਅੰਮ੍ਰਿਤ ਸਾਰੇ ਸ੍ਰੀ ਹਰਿਮੰਦਰ ਸਾਹਿਬ ਦੀ ਪੁਸਤਕ ਵਿੱਚ ਇਹ ਬਚਨ ਸਤਿਗੁਰੂ ਨੇ ਉਚਾਰਨ ਕੀਤੇ। ਜੇ ਇਹਨਾਂ ਬਚਨਾਂ ਨੂੰ ਆਪਾਂ ਅੰਤਰੀਵ ਭਾਵ ਦੇ ਵਿੱਚ ਲਈਏ, ਆਪਣੇ ਪਿਆਰਿਆਂ ਦੇ ਕਾਰਜਾਂ ਵਿੱਚ ਵਾਹਿਗੁਰੂ ਆਪ ਸਹਾਇਕ ਹੈ, ਆਪ ਕੰਮ ਕਰਾਉਣ ਲਈ ਆਇਆ ਹੈ, ਸਤਸੰਗਤ ਰੂਪੀ ਹਰੀ ਮੰਦਰ ਪਰਮਾਤਮਾ ਨੇ ਸਾਜਿਆ ਹੈ, ਸੰਗਤ ਰੂਪੀ ਤਲਾਬ ਐਸਾ ਹੈ ਜਿੱਥੇ ਪਰਮਾਤਮਾ ਦਾ ਪ੍ਰੇਮ ਰੂਪੀ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਜਲ ਭਰਿਆ ਹੋਇਆ ਹੈ। ਜਿਨ੍ਹਾਂ ਨੇ ਇਸ ਨਾਮ ਅੰਮ੍ਰਿਤ ਵਿੱਚ ਆਤਮਿਕ ਰੂਪ ਵਿੱਚ ਤਾਰੀਆਂ ਲਾਈਆਂ ਨੇ, ਉਹਨਾਂ ਦੇ ਮਨੋਰਥ ਵੀ ਪੂਰੇ ਹੋਏ, ਉਹਨਾਂ ਦੇ ਝੋਲੇ ਵੀ ਲੱਥ ਗਏ, ਹੋਈ ਹੈ। ਇਹ ਅੰਤਰੀਮ ਅਰਥਾਂ ਵਿੱਚ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ। ਜੇ ਸ਼ਬਦ ਦੇ ਦੂਸਰੇ ਪਦ ਦੀਆਂ ਪੰਕਤੀਆਂ ਉਚਾਰੀਏ, ਨਾਲ ਨਿਧ ਸਿੱਧ ਰਿੱਧ ਦੀਨੇ ਕਰਤੇ ਤੋੜਦਾ ਆਵੈ ਕਾਈ ਰਾਮ, ਖਾਤ ਖਰਚਤ ਬਿਰਸ਼ਕ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਸ੍ਰੀ ਹਰਿਮੰਦਰ ਸਾਹਿਬ ਪਾਵਨ ਅੰਮ੍ਰਿਤ ਸਰੋਵਰ ਵਾਹਿਗੁਰੂ ਨੇ ਐਸੀਆਂ ਬਰਕਤਾਂ ਉੱਥੇ ਰੱਖੀਆਂ ਨੇ ਕਿ ਨਾਲ ਨਿਧ ਰਿੱਧ ਸਿੱਧ ਦੀਨੇ ਕਰਤੇ ਸੁਖ ਦੀ ਪ੍ਰਾਪਤੀ ਕੀਤੀ ਹੈ, ਕਰਤੇ ਕੀ ਦਾਤ ਸਵਾਈ ਰਾਮ, ਇਉਂ ਕਰਤੇ ਪਰਮਾਤਮਾ ਦੀਆਂ ਦਾਤਾਂ ਉੱਥੇ ਦੋ ਸਵਾਈਆਂ ਨੇ। ਜੇ ਆਪਾਂ ਬਾਹਰੀ ਤੌਰ ਤੇ ਵੇਖੀਏ, ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਸਤਿਗੁਰੂ ਰਾਮਦਾਸ ਦੇ ਦਰ ਦੇ ਲੰਗਰ ਤੋਂ ਸੰਗਤਾਂ ਭੋਜਨ ਛਕਦੀਆਂ ਨੇ। ਕਈ ਐਸੇ ਹਜ਼ਾਰਾਂ ਦੀ ਗਿਣਤੀ ਵਿੱਚ ਗਰੀਬ ਗੁਰਬੇ ਨੇ ਜਿਨ੍ਹਾਂ ਦਾ ਆਸਰਾ ਕੋਈ ਨਹੀਂ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਜਿਨ੍ਹਾਂ ਨੂੰ ਕੋਈ ਇੱਕ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ, ਉਹ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸਤਿਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ, ਤ੍ਰਿਪਤ ਹੁੰਦੇ ਨੇ, ਔਰ ਅਨੇਕਾਂ ਬੇਸਹਾਰਿਆਂ ਨੂੰ ਸਹਾਰਾ ਮਿਲਦਾ। ਕੋਈ ਕੋਟ ਆਉਂਦੀ, ਕੋਈ ਘਾਟਾ ਆਉਂਦਾ,
ਕਦੇ ਚਿੱਤ ਵੀ ਨਹੀਂ। ਸੋ ਜ਼ਾਹਰੀ ਤੌਰ 'ਤੇ ਸਰੀਰਕ ਭੁੱਖ ਵੀ ਸਭਨਾਂ ਦੇ ਉੱਤੋਂ ਮਿਲਦੀ ਹੈ, ਲੱਖਾਂ ਪ੍ਰਾਣੀ ਰੋਜ਼ ਛੱਕਦੇ ਨੇ, ਅਤੇ ਆਤਮਕ ਭੁੱਖ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਦੀ ਭੁੱਖ ਹੈ, ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦੇ ਕੀਰਤਨ ਦੀ ਭੁੱਖ ਹੈ, ਉਹਨਾਂ ਦੀ ਵੀ ਹਰ ਵਕਤ ਤ੍ਰਿਪਤੀ ਹੋ ਰਹੀ ਹੈ, ਹਰ ਵਕਤ ਰੱਜ ਆ ਰਿਹਾ, ਆਨੰਦ ਆ ਰਿਹਾ ਹੈ ਕਿ ਉਹ ਕਰਤੇ ਦੀਆਂ ਦਾਤਾਂ ਉਸ ਪਰਮਾਤਮਾ 'ਤੇ ਉਸ ਅਸਥਾਨ 'ਤੇ ਦੋਨ ਸਵਾਈਆਂ ਨੇਤਾ ਪ੍ਰਤੀ ਚੜ੍ਹਦੀਆਂ ਨੇ। ਐਸੀ ਮਹਾਨ ਬਖਸ਼ਿਸ਼ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਔਰ ਇਸੇ ਪ੍ਰਕਾਰ ਗੁਰੂ ਮਹਾਰਾਜ ਦੇ ਇਸੇ ਅਸਥਾਨ ਪ੍ਰਤੀ ਹੀ ਇਹ ਪਾਵਨ ਬਚਨ ਨੇ ਕਿ ਸੰਤ ਭਗਤ ਹਰ ਨਾਮ ਕਲੰਦ ਹੈ, ਕਟੀਐ ਜਮ ਕੀ ਫਾਸੀ ਗਾਮ। ਪਰਮਾਤਮਾ ਦੇ ਸੰਤ ਭਗਤ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦੇ ਨੇ ਇਸ ਅਸਥਾਨ 'ਤੇ, ਕਿ ਜਿਹੜੇ ਆਰਾਧਨਾ ਕਰਦੇ ਨੇ ਉਹਨਾਂ ਦੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਨੇ। ਇਹ ਉਜ਼ਾਰਾ ਤੌਰ 'ਤੇ ਇਹ ਜੋ ਪਾਵਨ ਬਚਨ ਨੇ ਸਤਿਗੁਰੂ ਜੀ ਨੇ ਪ੍ਰਤੱਖ ਤੌਰ 'ਤੇ ਜੋ ਸ੍ਰੀ ਹਰਿਮੰਦਰ ਸਾਹਿਬ ਸਿਰਜਿਆ ਉਸ ਦੀ ਪੁਸਤਕ ਵਿੱਚ ਉਚਾਰਨ ਕੀਤਾ। ਇੱਥੇ ਇੱਕ ਇਹ ਵੀ ਬੇਨਤੀ ਕਰਾਂ, ਕਈ ਵਾਰ ਆਪਾਂ ਲਫਜ਼ਾਂ ਦੇ ਹੇਰ ਫੇਰ ਵਿੱਚ ਐਸੇ ਉਲਝ ਜਾਂਦੇ ਹਾਂ ਕਿ ਅਸਲੀ ਭਾਵ ਨੂੰ ਨਾ ਸਮਝਦਿਆਂ ਹੋਇਆਂ ਆਪਣੇ ਵਿਚਾਰ ਮੁਤਾਬਕ ਅਸੀਂ ਸਿਧਾਂਤ ਨੂੰ ਹੋਰ ਦਾ ਹੋਰ ਹੀ ਰੂਪ ਦੇ ਦਿੰਦੇ ਹਾਂ। ਇਸ ਪਾਵਨ ਮਹਾਨ ਅਸਥਾਨ ਨੂੰ ਜੋ ਨਾਮ ਸਤਿਗੁਰੂ ਜੀ ਨੇ ਦਿੱਤਾ ਉਹ ਹੈ ਹਰਿਮੰਦਰ। ਪਰ ਸਾਡੇ ਵਿੱਚੋਂ ਇੱਕ ਤਬਕਾ ਐਸਾ ਪੈਦਾ ਹੋ ਗਿਆ ਹੈ ਜੋ ਕਹਿੰਦੇ ਜੀ ਹਰਿਮੰਦਰ ਨਹੀਂ ਕਹਿਣਾ ਚਾਹੀਦਾ, ਮੰਦਰ ਜਿਹੜੇ ਨੇ ਉਹ ਹਿੰਦੂਆਂ ਦੇ ਹੁੰਦੇ ਨੇ ਅਤੇ ਆਪਾਂ ਹਿੰਦੂਆਂ ਤੋਂ ਵੱਖਰੇ ਹਾਂ, ਇਸ ਕਰਕੇ ਮੰਦਰ ਨਹੀਂ ਕਹਿਣਾ। ਉਹਨਾਂ ਨੇ ਨਾਮ ਰੱਖ ਲਿਆ ਸ੍ਰੀ ਦਰਬਾਰ ਸਾਹਿਬ। ਹਰਿਮੰਦਰ ਸਾਹਿਬ ਕਹਿੰਦੇ ਨੇ, ਦਰਬਾਰ ਸਾਹਿਬ ਇਸ ਕਰਕੇ ਕਹਿੰਦੇ ਨੇ ਕਿ ਮੰਦਰ ਲਫ਼ਜ਼ ਨਹੀਂ ਵਰਤਣਾ। ਇਹ ਵੀ ਇੱਕ ਕਿੱਡੀ ਅਗਿਆਨਤਾ ਹੈ। ਮੰਦਰ ਦਾ ਅਰਥ ਅਸਥਾਨ, ਇੱਥੇ ਤਾਂ ਆਪਾਂ ਲਫ਼ਜ਼ ਹੇਰ ਫੇਰ ਕਰਕੇ ਬਦਲ ਲਏ, ਪਰ ਜਿਹੜੇ ਗੁਰੂ ਕੀ ਬਾਣੀ ਦੇ ਅੱਖਰ ਨੇ ਕਿ ਮੰਦਰ ਮੇਰੇ ਸਭ ਤੋਂ ਉੱਚੇ, ਉਹਨਾਂ ਨੂੰ ਕਿਵੇਂ ਬਦਲਾਂਗੇ? ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਇੱਥੇ ਮੰਦਰ ਅਰਥ ਨੂੰ ਆਪਾਂ ਕਿਸ ਅੱਖਰ ਦੇ ਵਿੱਚ ਜਾਂ ਕਿਸ ਅਰਥ ਵਿੱਚ ਲਵਾਂਗੇ? ਨਹੀਂ, ਇਹ ਕੋਈ ਹਿੰਦੂ ਮਤ ਦਾ ਆਪਣੇ ਨਾਮ ਬੈ ਕੀਤਾ ਵਾਲਾ ਪ੍ਰਕਾਸ਼ ਉਤਸਵ ਮਨਾਉਣ ਦੀਆਂ ਆਪਾਂ ਤਿਆਰੀਆਂ ਕਰ ਰਹੇ ਹਾਂ ਅਤੇ ਇਸ ਦੇ ਸੰਬੰਧ ਵਿੱਚ ਥਾਵਾਂ ਥਾਵਾਂ 'ਤੇ ਚੱਲ ਰਹੇ ਨੇ ਗੁਰਮੁਖ ਸਮਾਗਮ। ਅਤੇ ਇੱਕ ਇਹੋ ਜਿਹੀ ਵਿਚਾਰ ਫੈਲਾ ਦਿੱਤੀ ਗਈ, ਅਖੇ ਜੀ ਸਤਿਗੁਰੂ ਨਾਨਕ ਸਾਹਿਬ ਕਹੋ, ਨਾਨਕ ਦੇਵ ਨਾ ਕਹੋ। ਦੇਵ ਅੱਖਰ ਜਿਹੜਾ ਇਹ ਹਿੰਦੂਆਂ ਦੇ ਨਾਮ ਨਾਲ ਲੱਗਦਾ ਹੈ ਅਤੇ ਇਸ ਕਰਕੇ ਸਤਿਗੁਰੂ ਨਾਨਕ ਦੇਵ ਨਹੀਂ ਕਹਿਣਾ ਚਾਹੀਦਾ ਜੀ, ਸਤਿਗੁਰੂ ਨਾਨਕ ਸਿੱਧਾ ਹੀ ਕਹਿਣਾ ਚਾਹੀਦਾ। ਕਿੱਡੀ ਅਗਿਆਨਤਾ, ਕਿੱਡੀ ਮੂਰਖਤਾ ਭਰੀ ਇਹ ਗੱਲ। ਗੁਰੂ ਕੀ ਬਾਣੀ ਵਿੱਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਦੇਵ ਕਰਕੇ ਆਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰੂ ਨਾਨਕ ਦੇਵ ਗੁਰਾਂ ਗੁਰ ਹੋਇਆ। ਸਤਿਗੁਰੂ ਨਾਨਕ ਦੇਵ ਜੀ ਗੁਰੂਆਂ ਦੇ ਗੁਰੂ ਹੋਏ ਨੇ। ਗੁਰਬਾਣੀ ਦਾ ਪਾਵਨ ਬਚਨ ਹੈ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਅਸਲ ਵਿੱਚ ਦੇਵ ਅੱਖਰ ਦਾ ਅਰਥ ਹੈ ਪ੍ਰਕਾਸ਼ ਰੂਪ, ਦੇਵ ਦਾ ਅਰਥ ਹੈ ਪੂਜਨੀਕ, ਕਿਉਂ ਇਹ ਬੜਾ ਮਹਾਨ ਅਰਥ ਹੈ। ਅਤੇ ਇਹਨੂੰ ਇੱਕ ਛੋਟੀ ਜਿਹੀ ਮਾਨਸਿਕਤਾ ਵਿੱਚ ਕਿ ਦੇਖੋ ਜੀ ਹਿੰਦੂ ਲੋਕਾਂ ਦੇ ਨਾਵਾਂ ਨਾਲ ਦੇਵ ਅੱਖਰ ਲੱਗਦਾ ਅਤੇ ਆਪਾਂ ਸਤਿਗੁਰਾਂ ਦੇ ਨਾਮ ਨਾਲ ਨਹੀਂ ਜੋੜਨਾ, ਇਹ ਜਾਂ ਤਾਂ ਅਗਿਆਨਤਾ ਹੈ ਅਤੇ ਜਾਂ ਸ਼ਰਾਰਤ ਹੈ। ਅਤੇ ਚਲੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਤੀ ਤਾਂ ਐਸੀਆਂ ਗੱਲਾਂ ਕਹਿ ਦਿੱਤੀਆਂ। ਧੰਨ ਪੰਚਮ ਪਾਤਸ਼ਾਹ ਦੇ ਬਾਰੇ ਜੋ ਭੱਟ ਰਸਨਾ ਰਾਹੀਂ ਗੁਰਬਾਣੀ ਵਿੱਚ ਬਚਨ ਹੁੰਦੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਗ ਗਰਭ ਨਾ ਆਇਓ। ਉੱਥੇ ਵੀ ਆਪਾਂ ਕਹਾਂਗੇ ਕਿ ਗੁਰੂ ਅਰਜਨ ਦੇਵ ਕਹਿਣਾ ਮਨਮਤ ਹੈ ਜੀ,
ਗੁਰੂ ਅਰਜਨ ਜੀ ਸਿੱਧਾ ਹੀ ਕਹੋ ਨਹੀਂ ਇਹ ਗੁਰੂ ਕੇ ਨਾਵਾਂ ਨੂੰ ਵਿਗਾੜਨ ਦੀ ਇੱਕ ਸਾਜਿਸ਼ ਚੱਲ ਰਹੀ ਹੈ। ਇਹਨਾਂ ਲਫ਼ਜ਼ਾਂ ਦੇ ਹੇਰ ਫੇਰ ਤੋਂ ਨਿਕਲ ਕੇ ਸਾਨੂੰ ਅਸਲੀ ਸੁਭਾਅ ਦੀ ਪਹਿਚਾਣ ਕਰਕੇ ਆਪਣੇ ਪ੍ਰਾਪਤ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ। ਇੱਕ ਤਾਂ ਇਹਦੇ ਨਾਮ ਪ੍ਰਤੀ ਮੰਦਰ ਲਫ਼ਜ਼ ਤੋਂ ਜਿਹੜੀ ਹੈ ਇਹ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਅਤੇ ਦੂਸਰਾ ਉੱਥੋਂ ਦੀ ਜਿਹੜੀ ਇਲਾਹੀਅਤ ਹੈ ਨਾ ਉਹਨੂੰ ਦਰਕਿਨਾਰ ਕਰਕੇ ਉਸ ਪਾਵਨ ਅਸਥਾਨ ਤੋਂ ਸਾਡੀ ਸ਼ਰਧਾ ਸਾਡਾ ਨਿਸ਼ਚਾ ਤੋੜਨ ਦੇ ਅੱਜ ਅਨੇਕਾਂ ਪ੍ਰਕਾਰ ਦੇ ਯਤਨ ਹੋ ਰਹੇ ਨੇ, ਬਹੁਤ ਯਤਨ ਹੋ ਰਹੇ ਨੇ। ਕੋਈ ਇਹਨੂੰ ਆਮ ਇਮਾਰਤ ਦੱਸਦਾ ਹੈ, ਕੋਈ ਕਿਸੇ ਪ੍ਰਕਾਰ ਹੋਰ ਗੱਲਾਂ ਕਰਦਾ ਹੈ, ਪਰ ਇਹ ਤਾਂ ਗੁਰੂ ਜਾਂ ਸਿੱਖਾਂ ਤੋਂ ਵੇਖੀਏ ਨਾ ਜਿਨ੍ਹਾਂ ਨੇ ਇਸ ਪਾਵਨ ਅਸਥਾਨ ਦੀ ਅਜ਼ਮਤ ਅਤੇ ਅਸਮਤ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕੈਸੇ ਕੈਸੇ ਸਾਡੇ ਇਤਿਹਾਸਕ ਉਹ ਮਹਾਨ ਸਿਤਾਰੇ ਨੇ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਣ ਬਾਣ ਅਤੇ ਸ਼ਾਨ ਵਾਸਤੇ ਆਪਣੀਆਂ ਜ਼ਿੰਦਗੀਆਂ ਦੇਖੇ ਲਗਾ ਦਿੱਤੀਆਂ। ਆਖਰ ਕੋਈ ਕਾਰਨ ਹੈ ਤਾਂ ਹੀ ਜ਼ਿੰਦਗੀਆਂ ਦੇਖੇ ਲਗਾਈਆਂ, ਐਵੇਂ ਤਾਂ ਨਹੀਂ। ਅਤੇ ਆਪਾਂ ਉਸ ਪਾਵਨ ਫਿਜ਼ਾ ਵਿੱਚ ਜਦੋਂ ਜਾ ਕੇ ਪੈਰ ਪਾਉਂਦੇ ਹਾਂ ਆਪਣੇ ਆਪ ਹੀ ਆਪਾਂ ਮਹਿਸੂਸ ਕਰ ਸਕਦੇ ਆਪਣਾ ਸਗਲੇ ਪਾਪ ਜਾ ਰਹਿਣ। ਇਸੇ ਤਰ੍ਹਾਂ ਹਰ ਮੰਦਰ ਇਹ ਗੁਰੂ ਦੀ ਸੰਗਤ ਵੀ ਹੈ। ਗੁਰੂ ਕੀ ਸੰਗਤ ਵਿੱਚ ਸੰਗਤ ਹਰ ਰੱਬ ਵਸਿਆ ਜੀਓ, ਜਿੱਥੇ ਹਰ ਪ੍ਰਭੂ ਵੱਸਦਾ ਹੈ ਉਹ ਹੈ ਹਰ ਮੰਦਰ। ਹਰ ਮੰਦਰ ਇਹੋ ਸਰੀਰ ਹੈ, ਇਹ ਸਰੀਰ ਵੀ ਹਰ ਮੰਦਰ ਦਾ ਰੂਪ ਹੈ। ਹਰ ਮੰਦਰ ਇਹ ਜਗਤ ਵੀ ਹੈ, ਸਾਰਾ ਜਗਤ ਹਰ ਮੰਦਰ ਹੈ। ਪਰ ਉਦੋਂ ਜਦੋਂ ਅਸੀਂ ਆਪਣੀ ਆਤਮਿਕ ਅਵਸਥਾ ਨੂੰ ਗੁਰੂ ਕੇ ਸ਼ਬਦ ਨਾਲ ਉਚੇਰਿਆ ਚੁੱਕ ਕੇ ਇਹ ਜਾਣ ਲਈਏ ਕਿ ਘੱਟ ਘੱਟ ਮੈਂ ਹਰ ਗੁਰੂ ਵਸਿਆ। ਸਤਿਗੁਰੂ ਕਿਰਪਾ ਕਰਨ, ਜੋ ਸਿਧਾਂਤ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਆਪਾਂ ਉਹਨਾਂ ਸਰਬ ਸਿਧਾਂਤਾਂ ਦੇ ਧਾਰਨੀ ਬਣੀਏ। ਸ੍ਰੀ ਹਰਿਮੰਦਰ ਸਾਹਿਬ ਕੁੱਲ ਦੁਨੀਆਂ ਦੇ ਧਰਮ ਅਸਥਾਨਾਂ ਤੋਂ ਮਹਾਨ ਧਰਮ ਅਸਥਾਨ, ਸਰਬ ਸ਼੍ਰੋਮਣੀ ਅਸਥਾਨ, ਕੇਵਲ ਸਿੱਖ ਧਰਮ ਦਾ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਦਾ, ਸਮੁੱਚੀ ਇਨਸਾਨੀਅਤ ਦਾ, ਸਮੂਹ ਦੁਨੀਆਂ ਦੇ ਧਰਮਾਂ ਦਾ ਸਰਬ ਸ਼੍ਰੋਮਣੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਉਸ ਅਸਥਾਨ ਤੋਂ ਕਦੇ ਵੀ ਆਪਣੀ ਸ਼ਰਧਾ ਵਿੱਚ ਇੱਕ ਵਾਲ ਦੇ ਕੋਈ ਕਰੋੜਵੇਂ ਹਿੱਸੇ ਜਿੰਨਾ ਵੀ ਸਾਡੇ ਮਨ ਅੰਦਰ ਸ਼ੰਕਾ ਨਾ ਆਵੇ, ਕਦੇ ਕੋਈ ਘਾਟ ਨਾ ਪਵੇ, ਸਾਡੀ ਸ਼ਰਧਾ ਸਾਡਾ ਨਿਸ਼ਚਾ ਸਦਾ ਬਣਿਆ ਰਵੇ। ਜਿੱਥੇ ਜਿੱਥੇ ਵੀ ਗੁਰੂ ਕੀ ਸੰਗਤ ਹੁੰਦੀ ਹੈ ਸੰਗਤ ਨਾਲ ਸਾਡਾ ਪ੍ਰੇਮ ਬਣਿਆ ਰਵੇ, ਅਤੇ ਗੁਰੂ ਕੀ ਬਾਣੀ ਵਿੱਚੋਂ ਮਿਲਦੇ ਇਸ ਉਪਦੇਸ਼ ਵਿੱਚੋਂ ਕਿ ਹਰਿਮੰਦਰ ਇਹ ਸਰੀਰ ਹੈ, ਆਪਾਂ ਹਿਰਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਯਤਨ ਗੁਰੂ ਕੇ ਓਟ ਆਸਰੇ ਸੰਗਤਾਂ ਕਰ ਸਕੀਏ ਔਰ ਗੁਰੂ ਉਪਦੇਸ਼ ਦੀ ਕਮਾਈ ਕਰਕੇ ਆਪਾਂ ਇਹ ਲੋਕ ਸੁਖੀਏ ਪਰਲੋਕ ਸੁਖੀਏ ਹੋ ਸਕੀਏ। ਵਿਚਾਰਾਂ ਹੋਰ ਵੀ ਬਹੁਤ ਨੇ ਪਰ ਘੜੀ ਦੀਆਂ ਸੂਈਆਂ ਅਗਾਂਹ ਜਾਣ ਦੀ ਇਜਾਜ਼ਤ ਨਹੀਂ ਮਿਲਦੀਆਂ। ਸਮੇਂ ਦੀ ਹੱਕ ਵਿੱਚ ਰਹਿਣਾ ਹੀ ਯੋਗ ਹੋਇਆ ਕਰਦਾ ਹੈ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਆਉਣ ਵਾਲੇ ਦਿਨਾਂ ਵਿੱਚ ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ, ਆਗਿਆ ਹੋਵੇਗੀ, ਜਿਵੇਂ ਜਿਵੇਂ ਪ੍ਰਬੰਧਕਾਂ ਨੂੰ ਤੋਰਨਾ ਬਣਨਗੇ, ਤਿਵੇਂ ਤਿਵੇਂ ਕਾਲ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ।